ਖਾਬਾਂ ਵਿੱਚ ਕੀ ਮਹਿਲ ਬਣਾਈ ਬੈਠੇ ਹੋ, ਪਾਣੀ ਵਿੱਚ ਮਧਾਣੀ ਪਾਈ ਬੈਠੇ ਹੋ। ਖਾਬਾਂ ਵਿੱਚ ਕੀ ਮਹਿਲ ਬਣਾਈ ਬੈਠੇ ਹੋ, ਪਾਣੀ ਵਿੱਚ ਮਧਾਣੀ ਪਾਈ ਬੈਠੇ ਹੋ। ਮਿਹਨਤ ਨਾਲ ਲਕੀਰਾਂ ਆਪੇ ਬਦਲਣੀਆਂ, ਕੀ ਕਰਮਾਂ ਦਾ ਚੱਕਰ ਪਾਈ ਬੈਠੇ ਹੋ। ਜ਼ਹਿਰ ਜਿਨ੍ਹਾਂ ਨੇ ਘੋਲਿਆ ਸਾਡੇ ਖੂਨਾਂ ਵਿੱਚ, ਸੰਗ ਉਹਨਾਂ ਦੇ ਯਾਰੀ ਪਾਈ ਬੈਠੇ ਹੋ। ਕਿਰਤ ਤੇਰੀ ਤੇ ਵਿਹਲੜ ਮਸਤੀ ਕਰਦੇ ਨੇ, ਚਿਲਮਾਂ ਵਾਲੇ ਰੱਬ ਬਣਾਈ ਬੈਠੇ ਹੋ। ਕਿਰਤ ਤੇਰੀ ਤੇ ਵਿਹਲੜ ਮਸਤੀ ਕਰਦੇ ਨੇ, ਚਿਲਮਾਂ ਵਾਲੇ ਰੱਬ ਬਣਾਈ ਬੈਠੇ ਹੋ। ਬਹੁਤ ਹੀ ਵਧੀਆ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜੀ, ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹਾਏ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਅੱਜ ਦੇ ਲਾਈਵ ਸ਼ੋਅ ਦੀ ਥੋੜ੍ਹੀ ਜਿਹੀ ਵਿਲੱਖਣਤਾ ਹੋਏਗੀ, ਥੋੜ੍ਹਾ ਜਿਹਾ ਵੱਖਰਾ ਰੂਪ ਹੋਏਗਾ। ਕਾਰਨ ਇਹ ਆ ਵੀ ਅਕਸਰ ਅਸੀਂ ਅੱਜ ਦੇ ਦਿਨ ਹੋਕਾ ਦੇਈਦਾ, ਤਕਰੀਬਨ ਚਾਹੇ ਉਹ ਲੀਡਰਾਂ ਦੇ ਖਿਲਾਫ਼ ਹੋਕਾ ਹੋਵੇ, ਚਾਹੇ ਬਾਬਿਆਂ ਦੇ ਖਿਲਾਫ਼ ਹੋਕਾ ਹੋਵੇ, ਚਾਹੇ ਠੱਗਾਂ ਦੇ ਖਿਲਾਫ਼ ਹੋਕਾ ਹੋਵੇ, ਚਾਹੇ ਚੋਰਾਂ ਦੇ ਖਿਲਾਫ਼ ਹੋਕਾ ਹੋਵੇ, ਮੁੱਕਦੀ ਗੱਲ ਅੱਜ ਹੋਕਾ ਦੇਈਦਾ ਜਾਗਦੇ ਰਹੋ ਦਾ। ਅਸੀਂ ਆਪਣਾ ਹੋਕਾ ਦਿੰਦੇ ਹਾਂ ਜਾਗਦੇ ਰਹੋ ਦਾ, ਬਾਕੀ ਤੁਸੀਂ ਸਾਰੇ ਕਿੰਨਾ ਕੁ ਜਾਗਦੇ ਹੋ ਕਿੰਨਾ ਕੁ ਨਹੀਂ ਜਾਗਦੇ ਹੋ ਇਹ ਤੁਹਾਡੇ 'ਤੇ ਨਿਰਭਰ ਕਰਦਾ, ਪਰ ਅਸੀਂ ਆਪਣਾ ਚੌਂਕੀਦਾਰੇ ਵਾਲਾ ਫਰਜ਼ ਜਿਹੜਾ ਉਹ ਨਿਭਾਉਣ ਦੀ ਕੋਸ਼ਿਸ਼ ਕਰੀਦੀ ਹੈ। ਅੱਜ ਦੇ ਪ੍ਰੋਗਰਾਮ ਦੀ ਇੱਕ ਵਿਲੱਖਣਤਾ ਹੋਰ ਇਹ ਹੋਏਗੀ, ਅੱਜ ਅਸੀਂ ਅਕਸਰ ਵਹਿਮਾਂ ਭਰਮਾਂ ਦੇ ਵਿੱਚੋਂ ਵੀ ਕੱਢਣ ਦੀ ਕੋਸ਼ਿਸ਼ ਕਰੀਦੀ ਹੈ। ਬਹੁਤ ਸਾਰੇ ਸਾਡੇ ਲੋਕ ਵਿਸ਼ਵਾਸ ਬਣੇ ਹੋਏ ਨੇ, ਉਹਨਾਂ ਨੂੰ ਚੱਲਦੇ ਆ ਰਹੇ ਨੇ, ਚੱਲੀ ਜਾਂਦੇ ਨੇ। ਉਹਨਾਂ ਦਾ ਜਦੋਂ ਲੋਕ ਵਿਸ਼ਵਾਸ ਬਣੇ ਸੀ ਉਦੋਂ ਕਾਰਨ ਹੋਰ ਸੀ, ਪਰ ਅੱਜ ਵੀ ਅਸੀਂ ਉਹਨਾਂ ਨੂੰ ਫੋਲੋ ਕਰ ਰਹੇ ਹਾਂ ਵੀ ਚਲੋ ਸਾਡੇ ਬਜ਼ੁਰਗ ਕਰਦੇ ਸੀ, ਅਸੀਂ ਅੱਜ ਵੀ ਕਰੀਏ। ਪਰ ਇੱਕ ਸਮੱਸਿਆ ਜਿਹੜੀ ਅਜੇ ਵੀ ਸਾਡਾ ਖਹਿੜਾ ਨਹੀਂ ਛੱਡ ਰਹੀ, ਅਮੈਰੀਕਾ 'ਚ ਆ ਗਏ, ਬੇਸ਼ੱਕ ਅਸੀਂ ਕੈਨੇਡਾ 'ਚ ਆ ਗਏ, ਬਾਹਰਲੇ ਮੁਲਕਾਂ 'ਚ ਆ ਗਏ ਹਾਂ, ਉਹ ਹੈਗੇ ਨੇ ਵਹਿਮ ਭਰਮ, ਉਹ ਹੈਗਾ ਅੰਧ ਵਿਸ਼ਵਾਸ। ਇਹਨਾਂ 'ਚੋਂ ਕੱਢਣ ਵਾਸਤੇ ਅੱਜ ਸਾਡੇ ਨਾਲ ਜਿਹੜੇ ਮਹਿਮਾਨ ਜੁੜੇ ਆ ਸਟੂਡੀਓ ਦੇ ਵਿੱਚ, ਉਹ ਚਲੋ ਇੱਕ ਜਿਹੜਾ ਵੱਖਰਾ ਉਹਨਾਂ ਦਾ ਐਂਗਲ ਹੈਗਾ ਉਹ ਅਸੀਂ ਅੱਜ ਜ਼ਿਕਰ ਨਹੀਂ ਕਰਾਂਗੇ, ਅੱਜ ਵਹਿਮਾਂ ਭਰਮਾਂ ਦੀ ਗੱਲ ਕਰਾਂਗੇ। ਵੱਖਰਾ ਐਂਗਲ ਉਹਨਾਂ ਦਾ ਹੈਗਾ, ਫਿਲਮਾਂ ਦੇ ਵਿੱਚ ਵੀ ਕੰਮ ਕਾਫੀ ਕੀਤਾ ਅਤੇ ਨਾਲ ਦੀ ਨਾਲ ਪ੍ਰੋਡਿਊਸਰ ਵੀ ਨੇ, ਡਾਇਰੈਕਟਰ ਵੀ ਨੇ, ਰਾਈਟਰ ਵੀ ਨੇ, ਬਿਜ਼ਨਸਮੈਨ ਵੀ ਕਹਿ ਸਕਦੇ ਹਾਂ ਅਤੇ ਨਾਲ ਦੀ ਨਾਲ। ਪਰ ਅਸੀਂ ਜਿਸ ਪੱਖ ਦੀ ਗੱਲ ਕਰਨੀ ਉਹ ਹੈ ਤਰਕਸ਼ੀਲ ਪੱਖ। ਤਰਕਸ਼ੀਲ ਦਾ ਭਾਵ ਇਹ ਹੈ ਕਿ ਤਰਕ ਨਾਲ ਗੱਲ ਕਰਨੀ। ਸੋ ਤਰਕਸ਼ੀਲ ਜਿਹੜੇ ਨੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਗਿਆਨ ਦਿੱਤਾ, ਬਹੁਤ ਸਾਰੇ ਲੋਕਾਂ ਦੇ ਦਿਮਾਗ ਦੇ ਨੇਤਰ ਜਿਹੜੇ ਉਹ ਖੋਲ੍ਹੇ ਨੇ, ਬਹੁਤ ਸਾਰੇ ਲੋਕਾਂ ਨੂੰ ਬਚਾਇਆ ਜਿਨ੍ਹਾਂ ਦੇ ਕਈ ਸਾਲ ਹੋ ਗਏ ਸੀ ਮੰਜਿਆਂ 'ਤੇ ਪਿਆ ਨੂੰ, ਉਹਨਾਂ ਦੇ ਇੱਕ ਸਿਟਿੰਗ ਜਾਂ ਦੋ ਸਿਟਿੰਗ ਦੇ ਵਿੱਚ ਹੀ ਉਹਨਾਂ ਨੂੰ ਬਿਲਕੁਲ ਨੌ ਬਰ ਨੌ ਕਰਤਾ ਅਤੇ ਉਹ ਕੋਈ ਦਵਾਈ ਜਾਂ ਉਹਦਾ ਨਹੀਂ ਕੀਤਾ, ਸਿਰਫ ਦਿਮਾਗ ਦੇ ਵਿੱਚ ਜਿਹੜਾ ਵਹਿਮ ਭਰਮ ਫਸਿਆ ਉਹਨੂੰ ਉਹ ਦੂਰ ਕਰਦੇ ਨੇ। ਸੋ ਅੱਜ ਮੈਂ ਇੱਕ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ, ਤੁਸੀਂ ਹੁਣੇ ਹੀ ਭਾਵੇਂ ਕਾਲ ਸ਼ੁਰੂ ਕਰ ਦਿਓ, ਜੇ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਆ, ਕਿਸੇ ਦੇ ਦਿਮਾਗ ਦੇ ਵਿੱਚ ਕੋਈ ਵਹਿਮ ਹੈ, ਕਿਸੇ ਨੂੰ ਕੋਈ ਸ਼ੱਕ ਸ਼ੁਭਾ ਰਹਿੰਦੀ ਆ, ਕਿਸੇ ਦੇ ਕੋਈ ਲੱਗਦਾ ਭਾਰ ਪੈਂਦਾ ਆਮ ਤੌਰ 'ਤੇ, ਇਹ ਬੜਾ ਅਕਸਰ ਕਈ ਵਾਰੀ ਗੱਲ ਹੁੰਦੀ ਹੈ, ਕਾਲਾਂ ਤੁਹਾਡੀਆਂ ਆਉਂਦੀਆਂ ਨੇ ਵੀ ਮੇਰੇ ਇੱਕ ਇੰਡੀਆ ਦੇ ਵਿੱਚ ਸਾਡੇ ਗਵਾਂਢੀ ਦੀ ਡੈਥ ਹੋਈ ਸੀ, ਫਾਹਾ ਲੈ ਕੇ ਮਰਿਆ ਸੀ ਅਤੇ ਉਹ ਮੈਂ ਰਾਤ ਨੂੰ ਜਦੋਂ ਸੌਂਦੀ ਹਾਂ ਜਾਂ ਸੌਂਦਾ ਤਾਂ ਉਹ ਮੇਰੇ ਆ ਕੇ ਗੜ ਨੂੰ ਪੈਂਦਾ, ਮੇਰੀ ਛਾਤੀ 'ਤੇ ਆ ਕੇ ਭਾਰ ਪਾਉਂਦਾ। ਅਤੇ ਇਹੋ ਜਿਹਾ ਕੁਛ ਵੀ ਲੱਗਦਾ ਹੋਵੇ ਕਿਸੇ ਨੂੰ ਜਾਂ ਭੂਤ ਪ੍ਰੇਤ ਦੀ ਕੋਈ ਗੱਲ ਲੱਗਦੀ ਹੋਵੇ ਤਾਂ ਅੱਜ ਕਾਲ ਕਰਕੇ ਤੁਸੀਂ ਲਾਈਵ ਆਪਣੇ ਸਵਾਲ ਦਾ ਜਵਾਬ ਲੈ ਸਕਦੇ ਹੋ। ਸਟੂਡੀਓ ਦੇ ਵਿੱਚ ਸਾਡੇ ਮਹਿਮਾਨ ਨੇ ਬੌਬ ਖਹਿਰਾ, ਪਿੱਛੇ ਜੇ ਅਸੀਂ ਪ੍ਰੋਗਰਾਮ ਮੈਂ ਕੀਤਾ ਸੀਗਾ, ਰਿਕਾਰਡਡ ਪ੍ਰੋਗਰਾਮ ਸੀ, ਉਦੋਂ ਬਾਅਦ ਸਾਨੂੰ ਕਾਫੀ ਫੋਨ ਆਏ ਵੀ ਭਾਈ ਤੁਸੀਂ ਲਾਈਵ ਵੀ ਕਦੇ ਕਦੇ ਇਹ ਗੱਲ ਕਰੋ, ਜਾਂ ਸਾਨੂੰ ਜਿਹੜੇ ਫੋਨ ਆਏ ਵੀ ਤੁਸੀਂ ਇਹਦਾ ਜਵਾਬ ਦਿਓ, ਉਹਦਾ ਜਵਾਬ ਅਸੀਂ ਨਹੀਂ ਕੋਈ ਦੇ ਸਕਦੇ ਸੀ, ਉਹ ਇਹੀ ਦੇ ਸਕਦੇ ਨੇ। ਸੋ ਇਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ, ਨਾਲ ਨਾਲ ਤੁਹਾਡੀਆਂ ਕਾਲਾਂ ਲਵਾਂਗੇ, ਤੁਹਾਡੇ ਮਨ ਦੇ ਜਿਹੜੇ ਸ਼ੰਕੇ ਨੇ, ਸੁਭਾ ਨੇ, ਜਾਂ ਕੋਈ ਮਨ ਦੇ ਵਿੱਚ ਵਹਿਮ ਭਰਮਾਂ ਉਹ ਵੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਸਵਾਗਤ ਕਰਦੇ ਹਾਂ ਜੀ ਬੌਬ ਖਹਿਰਾ ਸਾਹਿਬ ਦਾ। ਸਾਰੇ ਹੀ ਜਸ ਟੀਵੀ ਵੇਖਣ ਵਾਲੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਬੌਬ ਭਾਅ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ। ਆਪਾਂ ਹੁਣ ਪਿੱਛੇ ਜੇ ਮੇਰੇ ਖਿਆਲ ਹਜੇ ਮਹੀਨਾ ਨਹੀਂ ਹੋਇਆ ਪ੍ਰੋਗਰਾਮ ਮੈਂ ਕੀਤਾ ਸੀ ਰਿਕਾਰਡ, ਅਤੇ ਉਹਦਾ ਕਾਫੀ ਅੱਛਾ ਰਿਸਪੋਂਸ ਆਇਆ, ਕਿਉਂਕਿ ਸਾਡੇ ਲੋਕ ਵੀ ਵਹਿਮਾਂ ਭਰਮਾਂ 'ਚੋਂ ਨਿਕਲਣਾ ਚਾਹੁੰਦੇ ਆ, ਬਿਲਕੁਲ, ਪਰ ਨਿਕਲ ਨਹੀਂ ਪਾਉਂਦੇ, ਕਈ ਕਾਰਨ ਨੇ। ਔਰ ਇਹ ਚੀਜ਼ ਮੈਂ ਇੱਧਰ ਦੇਖ ਕੇ ਹੈਰਾਨ ਰਹਿ ਗਿਆ ਬਾਹਰਲੇ ਮੁਲਕਾਂ ਦੇ ਵਿੱਚ ਵੀ, ਕਿ ਜਿਹੜੀ ਚੀਜ਼ ਅਸੀਂ ਇੰਡੀਆ 'ਚ ਛੱਡ ਰਹੇ ਸੀ ਉਹ ਇੱਧਰ ਕਈ ਜਗ੍ਹਾ ਉਰਦੂ ਵੀ ਭਾਰੀ ਆ, ਬਾਬਿਆਂ ਦਾ ਕੰਮ ਇੱਧਰਲੇ ਮੁਲਕਾਂ 'ਚ ਉਰਦੂ ਵੀ ਜ਼ਿਆਦਾ ਹੈ, ਪੰਜਾਬ ਨਾਲੋਂ ਵੀ ਜ਼ਿਆਦਾ, ਬਿਲਕੁਲ। ਅਤੇ ਇਹ ਅਗਰ ਗੱਲ ਕਰੀਏ ਤਾਂ ਕੈਨੇਡਾ ਦਾ ਕੇਸ ਬੜਾ ਇੱਕ ਮਸ਼ਹੂਰ ਹੋਇਆ ਸੀਗਾ, ਆਂਡਿਆਂ ਵਾਲੇ ਬਾਬੇ ਦਾ ਹੋਇਆ ਸੀ, ਇੱਥੇ ਵੀ ਕਈ ਹੈਗੇ ਨੇ। ਸੋ ਅੱਜ ਅਸੀਂ ਗੱਲਬਾਤ ਕਰਨੀ ਆ
ਇਹ ਜਿਹੜੇ ਅੰਧ ਵਿਸ਼ਵਾਸ ਹੈਗਾ ਨਹੀਂ, ਅੰਧ ਵਿਸ਼ਵਾਸ ਕਹਿ ਲਓ ਚਾਹੇ ਵਹਿਮ ਭਰਮ ਕੋਈ ਕਹਿ ਲਈਏ, ਇਹ ਕਿੱਥੋਂ ਸ਼ੁਰੂ ਹੁੰਦਾ ਹੈ, ਇਹਦੀ ਸ਼ੁਰੂਆਤ ਕਿਵੇਂ ਹੁੰਦੀ ਬੰਦੇ ਦੇ ਦਿਮਾਗ ਦੇ ਵਿੱਚ? ਇਹਦੀ ਸ਼ੁਰੂਆਤ ਜੱਗੀ ਭਾਅ ਜੀ ਬਚਪਨ ਤੋਂ ਹੀ ਹੋ ਜਾਂਦੀ ਆ, ਕਿਉਂਕਿ ਜਦੋਂ ਅਸੀਂ ਸੱਥਾਂ ਦੇ ਵਿੱਚ ਬਹਿੰਦੇ ਹਾਂ ਜਾਂ ਵਿਆਹ ਸ਼ਾਦੀਆਂ ਦੇ ਵਿੱਚ ਬਹਿੰਦੇ ਹਾਂ ਨਾ ਬਚਪਨ ਦੇ ਵਿੱਚ, ਉੱਥੇ ਫਿਰ ਜਿਹੜੀਆਂ ਪੁਰਾਣੀਆਂ ਬਜ਼ੁਰਗ ਨੇ ਜਨਾਨੀਆਂ ਜਾਂ ਬੰਦੇ, ਉਹ ਕੋਈ ਇਹੋ ਜਿਹਾ ਜਦੋਂ ਟੌਪਿਕ ਛਿੜ ਜਾਂਦਾ ਅਤੇ ਉਹ ਇਹਦੇ 'ਤੇ ਫਿਰ ਗੱਲਾਂ ਚੱਲਦੀਆਂ ਨੇ, ਫਲਾਣੇ ਥਾਂ ਆਹ ਹੋ ਗਿਆ, ਫਲਾਣੇ ਥਾਂ ਹੋ ਗਿਆ, ਜਾਂ ਬਹੁਤ ਸਾਰੇ ਸਾਡੇ ਪਿੰਡਾਂ ਦੇ ਵਿੱਚ ਪਰਿਵਾਰ ਨੇ ਜਿਹੜੇ ਬਾਬਿਆਂ ਦੇ ਡੇਰਿਆਂ 'ਤੇ ਜਾਂਦੇ ਨੇ ਜੀ, ਪਿੰਡਾਂ ਦੇ ਵਿੱਚ ਗਲੀਆਂ ਦੇ ਵਿੱਚ ਲੋਕਾਂ ਨੇ ਡੇਰੇ ਖੋਲ੍ਹੇ ਹੋਏ ਨੇ, ਅਤੇ ਉਹ ਸਾਰੇ ਫਿਰ ਜਦੋਂ ਉੱਥੇ ਜਾਂਦੇ ਨੇ ਜਾਂ ਉਹਨਾਂ ਦੇ ਢੋਲਕੀਆਂ ਛਿਆਣੇ ਵੱਜਦੇ ਦੇਖਦੇ ਨੇ, ਅਤੇ ਉਦੋਂ ਉੱਥੋਂ ਹੀ ਇਹ ਸਾਰਾ ਸਟਾਰਟ ਹੋ ਜਾਂਦਾ ਜੀ। ਬਾਕੀ ਜਿਹੜੇ ਇਹਨਾਂ ਲੋਕਾਂ ਨੇ ਜਨਾਨੀਆਂ ਬੰਦੇ ਛੱਡੇ ਹੁੰਦੇ ਆ ਨਾ, ਉਹ ਜਾ ਕੇ ਜਿਹੜਾ ਲੋਕਾਂ ਦੇ ਵਿੱਚ ਵਹਿਮ ਪਾਉਂਦੇ, ਲੋਕਾਂ ਦੇ ਵਿੱਚ ਡਰ ਪਾਉਂਦੇ ਆ, ਤਾਂ ਕਿ ਲੋਕ ਡਰ ਵਹਿਮ ਦਾ ਕਰਕੇ ਉਹਨਾਂ ਦੇ ਡੇਰਿਆਂ 'ਤੇ ਆਉਣ ਅਤੇ ਉਹਨਾਂ ਦੀ ਜਿਹੜੀ ਆ ਰੋਜ਼ੀ ਰੋਟੀ ਚੱਲੇ। ਇਹ ਵੀ ਇੱਕ ਕਿਸਮ ਦਾ ਜਿਵੇਂ ਆਹ ਨਸ਼ੇ ਵਾਲਿਆਂ ਦਾ ਕੰਮ ਹੈਗਾ। ਹਾਂਜੀ, ਮੈਂ ਅੱਜ ਵੀ ਵੀਡੀਓ ਦੇਖਿਆ ਸੀ ਇੱਕ ਕੁੜੀ ਦੀ, ਅਤੇ ਪਹਿਲਾਂ ਕਹਿੰਦੇ ਮੈਨੂੰ ਫਰੀ ਦੇਣਾ ਸ਼ੁਰੂ ਕੀਤਾ ਉਹਨੇ ਹੌਲੀ ਹੌਲੀ, ਬਿਲਕੁਲ ਦੋ ਚਾਰ ਮਹੀਨੇ ਬਾਅਦ ਥੋੜ੍ਹੇ ਬਹੁਤ ਪੈਸੇ ਲੈਣ ਲੱਗ ਪਿਆ, ਸਾਲ ਬਾਅਦ ਜਦੋਂ ਮੈਂ ਪੂਰੀ ਅਡਿਕਟ ਹੋ ਗਈ ਅਤੇ ਉਦੋਂ ਕਹਿੰਦਾ ਵੀ ਇੰਨੇ ਪੈਸੇ ਲੱਗਣੇ ਜਿੱਥੋਂ ਮਰਜ਼ੀ ਲਿਆ, ਪੰਜਾਬ ਦੀ ਗੱਲ ਆ, 3-3 ਹਜ਼ਾਰ ਰੁਪਈਏ ਦਾ ਰੋਜ਼ ਨਸ਼ਾ ਕਰ ਜਾਂਦੀ ਸੀ ਕੁੜੀ। ਹੁਣ ਇਹ ਬਾਬੇ ਵੀ ਆਪਣੇ ਬੰਦੇ ਪਹਿਲਾਂ ਛੱਡਦੇ ਮੇਰੇ ਖਿਆਲ ਲੋਕਾਂ ਦੇ ਵਿੱਚ ਵੀ ਭਾਈ ਫਲਾਨਾ ਬਾਬਾ ਤਾਂ ਬੜਾ ਵਧੀਆ, ਅਤੇ ਉਹਦੇ 'ਚ ਵੀ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਪਹਿਲਾਂ ਤਾਂ ਇੱਕ ਬੁੜੀ ਜਾਂਦੀ ਹੈ, ਠੀਕ ਹੈ, ਬੱਸੇ, ਫਿਰ 2-3 ਜਾਂਦੀਆਂ ਬੱਸੇ, 4 ਕੁ, ਤਾਂ ਫਿਰ ਪਤਾ ਉਦੋਂ ਹੀ ਲੱਗਦਾ ਮਹੀਨੇ ਕੁ ਬਾਅਦ ਜਦੋਂ ਟੈਂਪੂ ਸਾਲਮ ਕਰਕੇ ਉਸ ਬਾਬੇ 'ਤੇ ਪਹੁੰਚੀਆਂ ਹੁੰਦੀਆਂ। ਅਤੇ ਜਿਹੜੀ ਪਹਿਲੀ ਵਾਰ ਬੀਬੀ ਗਈ ਹੁੰਦੀ ਉਹਨੂੰ ਫਿਰ ਬਾਬੇ ਦੇ ਸਾਰੇ ਪ੍ਰਸ਼ਾਦ ਦਾ ਪਤਾ ਹੁੰਦਾ ਕਿੱਥੇ ਲੈ ਜਾਈਏ, ਭਾਈ ਕਿੱਥੇ ਕੀ ਪਿਆ, ਕਿੱਥੇ ਕੀ ਨਹੀਂ ਪਿਆ। ਸੋ ਅਸੀਂ ਜਿਹੜੇ ਹੈਗੇ ਨੇ ਅਸੀਂ ਵੀ ਇਹਦੇ 'ਚ ਘੱਟ ਨਹੀਂ ਹੈਗੇ, ਸਾਡੇ ਇੱਕ ਖਾਸ ਰਿਸ਼ਤੇਦਾਰ ਹੀ ਨੇ ਕੈਨੇਡਾ ਦੇ ਵਿੱਚ, ਉਹਨਾਂ ਦਾ ਕੇਸ ਸਾਡੇ ਦਰਸ਼ਕਾਂ ਨਾਲ ਸਾਂਝਾ ਕਰ ਲੈਂਦੇ ਹਾਂ ਕਿ ਉਹਨਾਂ ਦੀ ਜੇ ਗੱਲ ਕਰੀਏ ਤਾਂ ਉਹ ਮੁੰਡਾ ਇੱਥੇ ਆ ਗਿਆ ਕੈਨੇਡਾ, ਕੱਚਾ ਪੱਕਾ ਜਿਵੇਂ ਕਹਿੰਦੇ ਹੁੰਦੇ ਅਸੀਂ, ਹਾਂਜੀ, ਕੈਨੇਡਾ ਆ ਗਿਆ ਅਤੇ ਉਹਦੇ ਇੱਕ ਬਾਬਾ ਉੱਥੇ ਇੱਕ ਸੀਗਾ ਜਿਹਦੇ ਕੋਈ ਘਰ ਦੇ ਜਾਂਦੇ ਸੀ ਭਾਈ ਮੁੰਡਾ ਪੱਕਾ ਹੋ ਜਾਏ, ਪੈਸੇ ਪੂਏ ਵਾਹਵਾ 50,000 ਲੱਖ ਤਾਂ ਮਾਮੂਲੀ ਗੱਲ ਆ ਬਾਹਰਲਿਆਂ ਵਾਸਤੇ ਜਿਹੜੇ ਉੱਥੇ ਦੇ ਨੇ, ਬਿਲਕੁਲ ਜੀ, ਅਤੇ ਉਹ ਕਰਦੇ ਕਰਾਉਂਦੇ ਜੀ, ਬਾਬੇ ਨੇ ਕੋਈ ਭੇਜਿਆ ਉੱਧਰ ਜੀ, ਆ ਕਿਸੇ ਕੋਲ ਭੇਜ ਦਿਓ ਮੁੰਡੇ ਕੋਲ ਤਾਂ ਮੁੰਡਾ ਪੱਕਾ ਹੋ ਜੂ, ਕੋਈ ਚੀਜ਼ ਜਿਹੜੀ ਭੇਜੀ ਤਾਂ ਚਲੋ ਕਿਸੇ ਤਰ੍ਹਾਂ ਇੱਧਰ ਪਹੁੰਚਾਤੀ। ਉਦੋਂ ਬਾਅਦ ਪੰਗਾ ਕੀ ਪਿਆ, 50,000 ਬਾਬੇ ਨੇ ਲੈ ਲਿਆ, 60,000 ਲੈ ਲਿਆ, 75,000 ਲੈ ਕੇ, ਅਤੇ ਬਾਬਾ ਕਹਿੰਦਾ ਵੀ ਤੁਸੀਂ ਹੁਣ ਇਹ, ਉਹ ਕਹਿੰਦੇ ਜੀ ਪੇਸ਼ੀ ਆ ਗਈ ਮੁੰਡੇ ਦੀ, ਬੁਲਾ ਲਿਆ ਕਿਵੇਂ ਕਰੀਏ, ਉਹ ਕਹਿੰਦੇ ਕੁਛ ਨਹੀਂ ਹੁੰਦਾ ਤੁਸੀਂ ਪੇਸ਼ੀ ਭੁਗਤੋ ਜਾਓ। ਅੱਛਾ, ਵਕੀਲ ਜਿਹੜਾ ਸੀ ਉਹਦਾ ਇੱਥੇ ਕੈਨੇਡਾ, ਉਹ ਕਹਿੰਦਾ ਵੀ ਤੁਸੀਂ ਪੇਸ਼ੀ ਭੁਗਤਣ ਨਹੀਂ ਜਾਣਾ, ਤੁਸੀਂ ਪੇਸ਼ੀ ਭੁਗਤਣ ਗਏ ਤੁਹਾਨੂੰ ਡਿਵੋਟ ਕਰ ਦੇਣਾ, ਪੇਸ਼ੀ ਭੁਗਤਣ ਨਹੀਂ ਜਾਣਾ। ਹੁਣ ਬਾਬੇ ਦੀ ਵਕੀਲ ਨਾਲੋਂ ਜ਼ਿਆਦਾ ਚੱਲ ਗਈ ਕਿਤੇ, ਤੋ ਪੇਸ਼ੀ ਭੁਗਤਣ ਗਿਆ ਤੇ ਅਗਲੇ ਨੇ ਚੱਕ ਕੇ ਡਿਪੋਰਟ ਦੇ ਲਾਤਾ ਉੱਤੇ, ਟੈਗ ਵੀ ਡਿਪੋਰਟ ਕਰ ਦੇਣਾ ਇਹਨੂੰ, ਅਤੇ ਉਦੋਂ ਬਾਅਦ 50,000-60,000-75,000 ਫੇਰ ਦੇ ਆਏ, ਬਾਬਾ ਜੀ ਉਹ ਪੰਗਾ ਪੈ ਗਿਆ ਉਹਦਾ ਕੁਛ ਕਰੋ, ਵੀ ਉਹਨੂੰ ਡਿਪੋਰਟ ਕਰਨ ਲੱਗੇ ਆ, ਡਿਪੋਰਟ ਵੀ ਹੋ ਗਿਆ ਬੰਦਾ, ਜਾ ਕੇ ਫਿਰ ਬਾਬੇ ਦੇ ਚਰਨਾਂ 'ਚ, ਬਾਬਾ ਜੀ ਹੁਣ ਦੁਬਾਰਾ ਜੁਗਾੜ ਕਰੋ ਕੋਈ ਸਾਨੂੰ ਭੇਜਣ ਦਾ। ਸੋ ਇਹੋ ਜਿਹੇ ਲੋਕਾਂ ਦਾ ਕੀ ਕਰ ਸਕਦੇ ਆਪਾਂ, ਇਹੋ ਜਿਹੇ ਲੋਕ ਇੱਕ ਨਹੀਂ ਦੋ ਨਹੀਂ ਲੱਖਾਂ ਲੋਕ ਹੋਣਗੇ ਇਹੋ ਜਿਹੇ, ਇਹਨਾਂ ਦਾ ਕੀ ਹੱਲ ਹੈ? ਇਹਨਾਂ ਦਾ ਕੋਈ ਨਹੀਂ ਹੱਲ, ਕੋਈ ਨਹੀਂ ਗਾ ਜੀ। ਜੱਗੀ ਭਾਅ ਜੀ ਜਦੋਂ ਇਹਨਾਂ ਲੋਕਾਂ ਦੇ ਅਸੀਂ ਹੱਲ ਕਰ ਵੀ ਦਿੰਦੇ ਹਾਂ ਨਾ, ਇਹ ਉਸੇ ਤਰ੍ਹਾਂ ਇਹਨਾਂ ਦੇ ਦਿਮਾਗ ਦੇ ਵਿੱਚ ਉਹ ਜਿਹੜੀ ਚੀਜ਼ ਉਹ ਨਿਕਲਦੀ ਨਹੀਂ, ਫਿਰ ਇਹ ਉੱਥੇ ਚਲੇ ਜਾਂਦੇ ਆ ਜੀ। ਇਸ ਕਰਕੇ ਸਾਡਾ ਫਰਜ਼ ਆ ਇਹਨਾਂ ਨੂੰ ਹੋਕਾ ਦੇਣਾ, ਇਹਨਾਂ ਨੂੰ ਸੱਚ ਅਤੇ ਸੱਚ ਦਾ ਸ਼ੀਸ਼ਾ ਵਿਖਾਉਣਾ, ਇਹਨਾਂ ਨੂੰ ਸੱਚਾਈ ਤੋਂ ਜਾਣੂ ਕਰਾਉਣਾ, ਅਤੇ ਅਸੀਂ ਉਹ ਆਪਣਾ ਕਰੀ ਜਾਂਦੇ ਫਰਜ਼। ਬਾਕੀ ਜੇ ਤਾਂ ਕੋਈ ਸਮਝ ਜਾਂਦਾ ਤਾਂ ਉਹਦੀ ਜ਼ਿੰਦਗੀ ਜਿਹੜੀ ਆ ਉਹ ਸੰਵਰ ਜਾਂਦੀ ਆ, ਉਹ ਜਿਹੜੀ ਉਹਦੀ ਕਮਾਈ ਆ ਉਹ ਆਪਣੇ 'ਤੇ ਖਰਚ ਕਰਦਾ ਜਾਂ ਆਪਣੇ ਬੱਚਿਆਂ 'ਤੇ ਖਰਚ ਕਰਦਾ, ਅਤੇ ਜਿਹੜੇ ਨਹੀਂ ਸਮਝਦੇ ਉਹ ਫਿਰ ਇਹਨਾਂ ਬਾਬਿਆਂ ਦੇ ਡੇਰਿਆਂ 'ਤੇ ਸਾਰਾ ਆਪਣਾ ਆਪ ਲੜਾਈ ਜਾਂਦੇ ਆ, ਕਿਉਂਕਿ ਬਾਬਿਆਂ ਨੇ ਤੁਹਾਨੂੰ ਜੋ ਉਹਨਾਂ ਦੇ ਕੋਲ ਸੌਦਾ ਉਹਨਾਂ ਨੇ ਉਹੀ ਵੇਚਣਾ, ਬਿਲਕੁਲ, ਅਤੇ ਉਹਨਾਂ ਕੋਲ ਸੌਦਾ ਵਾ ਅੰਧ ਵਿਸ਼ਵਾਸ ਦਾ, ਡਰ ਦਾ, ਅਤੇ ਉਹ ਉਹਨਾਂ ਨੇ ਤੁਹਾਨੂੰ ਦੇਣਾ ਵਾ, ਅਤੇ ਉਹ ਜਦੋਂ ਤੁਸੀਂ ਇੱਕ ਵਾਰ ਉਹਨਾਂ ਦੀ ਚੁੰਗਲ 'ਚ ਫਸ ਜਾਂਦੇ ਜੇ, ਫਿਰ ਤੁਹਾਨੂੰ ਨਿਕਲਣ ਦਾ ਚਾਂਸ ਨਹੀਂ ਮਿਲਦਾ ਫਿਰ ਉਹ, ਕਿਉਂਕਿ ਜੱਗੀ ਭਾਅ ਜੀ ਇੱਕ ਛੋਟੀ ਜਿਹੀ ਗੱਲ ਆ ਕਿ 10 ਜਨਾਨੀਆਂ ਚਲੇ ਗਈਆਂ ਇੱਕ ਬਾਬੇ ਦੇ ਕੋਲ ਜੀ, ਉਹਨੇ 10 ਨੂੰ ਕਹਿ ਦੇਣਾ ਵਾ ਵੀ ਤੁਹਾਡੇ ਮੁੰਡੇ ਹੋਣਗੇ ਜੀ, ਚਲੋ ਕੁਦਰਤ ਵੱਲੋਂ ਜਿਹੜਾ ਕੁਦਰਤ ਦਾ ਨਿਯਮ ਜਿਹੜਾ ਬਣਿਆ ਵਾ, 5 ਦੇ ਹੋ ਗਏ, 5 ਦੇ ਨਹੀਂ ਹੋਏ, ਜਾਂ 7 ਦੇ ਹੋ ਗਏ, 3 ਦੇ ਨਹੀਂ ਹੋਏ, ਜੇ ਜ਼ਿਆਦਾ ਵੀ ਤੁਸੀਂ ਕਰੋ ਵੀ 9 ਦੇ ਕੁੜੀਆਂ ਹੋ ਗਈਆਂ ਅਤੇ 1 ਦੇ ਮੁੰਡਾ ਹੋ ਗਿਆ, ਹੁਣ 9 ਜਿਹੜੀਆਂ ਬੀਬੀਆਂ ਨੇ ਉਹਨਾਂ ਨੇ ਆਖਣਾ ਵੀ ਸਾਰਿਆਂ ਨੂੰ ਬਾਬੇ ਨੇ ਇੱਕੋ ਗੱਲ ਦੱਸੀ ਸੀ, ਕੋਈ ਉਹਨਾਂ ਨੇ ਮੰਤਰ ਦਿੱਤਾ ਸੀਗਾ, ਸਾਰਿਆਂ ਨੇ ਉਹੀ ਕੀਤਾ, ਸਾਡੇ ਤੋਂ ਕੋਈ ਗਲਤੀ ਹੋ ਗਈ ਆ,
हाँ अच्छा ये भी देखो तुसी करो कंप्लीट कर हाँ। मैनू भी चेते आई ते जदों एक बंदे जिहड़े जिहदे एक दे होर मुंडा आया उहने जिथे भी किते महफल च जिथे भी किते उहने जाणा वा पिंडां दे विच जां शहरां दे विच जां धार्मिक स्थान जां जिथे भी जाणा उहने इही गल कहणी आ वी मैनूं ते उह बाबे ने मुंडा दित्ता जी। उहदी इक दी जिहड़ी एडवरटाइजमेंट आ उह जिहड़ी नौ दी चुप नूं दब लैंदी आ। आहो तो ये जेडे आप देखिए जे ये जदों कोई जाता ना बाबे तो पुछा किछा करता एक जो बंदा दुखी हुंदा दुखी सारे ही ने उन्हूं ये हुंदा भी शायद चलो की हर्जा जाया उन्हें सौ रुपया मत्था ही उत्थे टेक के किहड़ा पैसे लैंदा कोई मर्जी नाल ही टिकटां चढ़ावा बिल्कुल। तो वह फिर जो बाबा कहिंदा भी अच्छा बीबी तेरे घर चार कमरे आ तो बीबी तो भावें तीन ही होण तो उन्हें कहना भी हाँ बाबा जी सही कहिंदे बाबा जी मैनूं लगदा बरांडे नूं भी कमरा कहिंदे आ जे उन्हें कहा भी कमरे पंज ने तो जां मतलब तो दसते बाबे ने चार तो उन्हें कहना अच्छा यदा मतलब जो सा दलान है ना बहर ला तो उन्होंने बाबा जी कमरा नहीं गिणते होने हाँ बाबा जी चार ही है। सो ये चीज़ा है अच्छा दूजी गल जी मैं समझता जी असं गल कहने शुरू कितों होंगी है तुम आप गल की है ये साडा घर अपना कि योगदान मैं अपनी गल करा निके होंगे जो यही हों सुनते भी ना बहर ना जाइए नेरे ना जाइए नेरे भूत है न्याणा जो गलत कर करता उदो भूत है भूत आ जा भूत आजगा भूत आ भूत है नहीं है वह बाद की गल है लेकिन बंदे के दिमाग च एक छवि बन जाती भूत की भी आ छवि भूत इदा का होएगा बिल्कुल। वो जो फिर बाहर अंदर जाता तो उन्होंने वह चीज़ा ही नज़र आदियाँ ये घरद्या का किन्ना कसूर मानते हो। मैं तुम उही गल दसी भी घरद्या का माँ बाप का सब तो पहला कसूर आ जो अं मतलब बच्चे डराने ठीक है जी फिर आ जाती इन्हों गल लागे समाज दल आ जा जो सारे उन्होंने भूत का डर पाते आम बंदे जो सियाने बंदे वो तो कहेंदे कि पिंड दियाँ मड़ियाँ तो बगाने पानी तो डर लगता पर जदों आम गल्लां चलदियाँ उदों हर एक गल दे भूत जो एक ने गल छेड़ी उन्हें दूजे ने कहना मैं तो अपने अखी वेख्या जबकि अखी किसी ने कुछ नहीं वेख्या। जदों बंदा मानसिक तौर पर बीमार हो जाता ना उन्हों इहो जिहियां चीज़ां नज़र आउंदियां कई बार तुसीं रात नूं तुरे जांदे तुहानूं लगता कि तुहाडे पिछे कोई आ रहा जां तुहानूं इधर लगता क्योंकि तुहाडे दिमाग दे विच डर हुंदा बिल्कुल जबकि इहो जिही कोई गल नहीं हुंदी। जो असी कल भी शुरू कर दें कल तो आनी शुरू हो गई कल भी लवेंगे जो असी निके निके होंगे जी साढ़े भी यही दिमाग पाया जाता है बिल्कुल साढ़े पिंड के कोले सिवे पेंदे सी जो दूजे पिंड तो आना होता तुर के स्कूलों सानू जो तुर के आते तो सिवे राज पेंदे सी तो जो कई बार लेट लूट हो जाना जब सिखर दुपहरे उधर आना तो उदों ऐ लगी जाना लिया भी सिवे जो आ चीज आ गई आओ आ गई यही बचपन का जो डर होंगे हाँ वे होंगे तक लगता लोग मंडियां इतने भी लोग मैं वेख्या अपने पंजाबी जेडे जिथे कबर होंगे वो लागू नहीं लंघते हाँ नहीं एक बेहोश हो गया बच्चा एक बेहोश इदा हो गया उन्होंने कोई खरगोश वगैरह जो कुछ निकलिया झाड़ियाँ जो सिव्या को पक्की सड़क थी तो वो जो कोल निकलिया तो वो डर गया भी लाई भूत आ गया वो डर के डिगी पिया बच्चा यहोजा हाल है सू ध्यान रखना चाहिए कल लै लिए जी। हैलो जी सत श्रीकाल तुम आने रहो जी जी सत श्रीकाल जी बलविंदर जी ठीक ठाक हो जी कैलिफोर्निया कनेडा भी ईवन पाकिस्तान दे विच भी ठीक करके आए ने पेशेंट इदां दे भूत नहीं नहीं मैं इन्हां गल्लां तों बहुत दूर आई मैं जो मैं कोई बाबा नहीं छड़िया उदो एक एह जहा मिले पता नहीं की कहता लैओ इन चेता नहीं पता कछू कुमा कहता की लैओ तो नोट आता मीह पा देखोगे हाँ तो एक कनेडा का बाबा भी माड़ा होल्ड रखो माड़ा होल्ड रखो एक कनेडा का बाबा भी सुनिया होना बाद अरैसट हो गया इंग्लैंड जाके अरैसट हो गया उन्हें बहुत लोगों ठगिया मारिया आंडिया वाला बाबा मशहूर है आंडे चो परची निकलती सी तो तुम हाँ जी बोरिया बाबा ही है चलो मेहरबानी जी कॉल कर ली बहुत हेलो जी सत श्रीकाल जी हां जी मनजीत सिंह जी
ਜੀ ਕੋਈ ਸੁਣਿਆ ਕਦੇ ਵਾਕਿਆ ਇਸ ਤਰ੍ਹਾਂ ਦਾ ਕੋਈ ਹੋਇਆ ਹੋਇਆ ਹੋਵੇ ਕੋਈ ਆਸੇ ਪਾਸੇ ਜਿਹੜੇ ਲੋਕਾਂ ਨੂੰ ਲੱਗਦਾ ਹੋਵੇ ਵੀ ਭੂਤ ਹੈਗਾ ਤੇ ਉਹ ਤੰਗ ਕਰਦਾ ਨਹੀਂ ਅਜੇ ਤੱਕ ਪਹਿਲਾਂ ਛੋਟੇ ਛੋਟੇ ਹੁੰਦੇ ਇੰਡੀਆ ਤੋਂ ਆਏ ਸੀ ਉਦੋਂ ਹੁੰਦਾ ਸੀਗਾ ਉੱਥੇ ਸਾਡੀ ਬੋਰਡ ਹੁੰਦੀ ਸੀ ਪਰ ਐਸੇ ਵੀ ਹੁੰਦੇ ਸੀ ਅੱਛਾ ਉਦੋਂ ਨੂੰ ਡਰਦੇ ਜਾਂਦੇ ਜਾਣਾ ਹੀ ਦਿੰਦੇ ਸੀ ਵੀ ਉਦੋਂ ਭੂਤ ਨੱਚਦੇ ਆ ਪਰ ਸਾਡੇ ਕਈ ਕਾਲਰ ਕਹਿੰਦੇ ਨੇ ਵੀ ਵਾਕਿਆ ਹੀ ਹੁੰਦੇ ਨੇ ਦੇਖੇ ਨੇ ਨੱਚਦੇ ਹੁਣ ਪਤਾ ਨਹੀਂ ਸੱਚਾਈ ਇਹ ਵਹਿਮ ਹੁੰਦਾ ਜੀ ਜੀ ਮਨਜੀਤ ਸਿੰਘ ਜੀ ਵਹਿਮ ਪਾਉਣ ਦੇ ਜੇ ਤਾਂ ਹੁਣ ਸਾਡੇ ਖੂਹ ਵੀ ਦੂਰ ਦੂਰ ਹੁੰਦੇ ਸੀ ਜਿੱਦਾਂ ਨਾ ਤੇ ਉਹ ਪੁਰਾਣੇ ਬੁੜੇ ਕਹਿੰਦੇ ਹੁੰਦੇ ਸੀ ਵੀ ਜੇ ਹੁੱਕਾ ਪੀਂਦੇ ਆ ਭੂਤ ਡਰਦੇ ਰਹਿੰਦੇ ਆ ਵੀ ਹੱਕ ਤੋਂ ਡਰਦੇ ਆ ਕਈ ਗੱਲ ਪਹਿਲੀਆਂ ਚ ਢੋਲਕੀਆਂ ਛੜੀਆਂ ਤੜਕੇ ਨੂੰ ਵੱਜਦੇ ਆ ਉਹ ਹੁੰਦਾ ਉਹ ਹੁੰਦਾ ਤੇ ਸਾਨੂੰ ਤਾਂ ਡਾਕਟਰ ਲੱਗਾ ਨੀ ਮੈਂ ਤਾਂ ਚੇਤਾ ਕੁੱਤਾ ਚ ਰਾਤ ਨੂੰ ਕੰਮ ਕਰਦੇ ਰਹੇ ਕਰਦੇ ਨੀ ਤਾਂ ਸੋਚਿਆ ਜੀ 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 ਚਲੋ ਹਾਂਜੀ ਹਾਂਜੀ ਚਲੋ ਮਿਹਰਬਾਨੀ ਜੀ ਆਪਣਾ ਤਾਂ ਮਤਲਬ ਇਹ ਹੈ ਜੀ ਕਾਫੀ ਕੇਸ ਇੱਥੇ ਕਿਉਂਕਿ ਮੈਂ ਇਹਨਾਂ ਨੂੰ ਪਿੱਛੇ ਜਿਹੇ ਫੋਨ 'ਤੇ ਲਿਆ ਜੋ ਨਿਊਯਾਰਕ ਸੀਗੇ ਉਦੋਂ ਮੈਂ ਲਿਆ ਸੀ ਅਤੇ ਮੇਰੇ ਕੋਲ ਕਈਆਂ ਨੇ ਫੋਨ ਨੰਬਰ ਲਏ ਵੀ ਸਾਡੇ ਪ੍ਰੋਬਲਮ ਹੈਗੀ ਸਾਡੇ ਰਿਸ਼ਤੇਦਾਰ ਦੇ ਆਹ ਪ੍ਰੋਬਲਮ ਹੈ ਉਹਦੇ ਭਾਰ ਪੈਂਦਾ ਹੈ ਉਹਦਾ ਕੋਈ ਗਲਾ ਦਬਾਉਂਦਾ ਰਾਤ ਨੂੰ ਆ ਕੇ ਫਿਰ ਇਹ ਕਾਫੀ ਠੀਕ ਠੂਕ ਕਰਕੇ ਆਏ ਸੀਗੇ ਜਾ ਕੇ ਤਰਕ ਉਹ ਇੱਦਾਂ ਵੀ ਹੁੰਦੇ ਸੀ ਜਿੱਦਾਂ ਨਾ ਪਿੰਡਾਂ 'ਚ ਇੱਕ ਦੋ ਹੁੰਦੇ ਸਾਡੇ ਪਿੰਡ ਵਾਲੇ ਉਹ ਕੋਈ ਜਾਣਦਾ ਵੀ ਨਹੀਂ ਸੀ ਵੀ ਹਾਂ ਜਾਣਦੇ ਆ ਜੀ ਦੁਨੀਆਂ ਇੰਨੀ ਦੂਰ ਦੂਰ ਤੋਂ ਆਉਂਦੀ ਆ ਕੋਈ ਲੇਡੀ ਸੀ ਪੁੱਛਾਂ ਦਿੰਦੇ ਹੁੰਦੇ ਸੀ ਤੇ ਉੱਥੇ ਲਾਈਨਾਂ 'ਚ ਟੋਕਨ ਮਿਲਣੇ ਬੁਰੇ ਹਾਲ ਤੇ ਉਹਨੂੰ ਕਹਿਣਾ ਮੁਰਗਾ ਤੇ ਬੋਤਲ ਫਰਾਨੀ ਜਗ੍ਹਾ ਰੱਖਿਓ ਸਾਡੇ ਅਮਲੀ ਨੇ ਉਹਦੇ ਮੁਰਗੇ ਮੁਰਗੇ ਚੱਕ ਲਏ ਤੇ ਬਾਅਦ 'ਚ ਬਣਾ ਲਾਉਣਾ ਪਿਆ ਚਲੋ ਜੀ ਚਲੋ ਕਰਦੇ ਅਵੇਅਰ ਬਹੁਤ ਮਿਹਰਬਾਨੀ ਮੇਰੇ ਵੀ ਗੱਲ ਜਿੱਥੇ ਆਈ ਸੀ ਹੋਰ ਇੱਕ ਅੱਛਾ ਅਸੀਂ ਇੱਕ ਗੱਲ ਕਰਾਂਗੇ ਜੀ ਹੁਣ ਤਾਜ਼ੀ ਗੱਲ ਜਿਹੜੀ ਪੰਜਾਬ ਦੀ ਖਬਰ ਔਰ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਇਹ ਫਰਕ ਪਿਆ ਇੱਕ ਕਿਹੜਾ ਮੈਂ ਹੁਣ ਨਾਮ ਨਹੀਂ ਮੈਨੂੰ ਪਤਾ ਨਾ ਮੈਂ ਬੜਾ ਧਿਆਨ ਨਹੀਂ ਦਿੱਤਾ ਵੀ ਕੋਈ ਹੈਗਾ ਡੇਰਾ ਉੱਥੇ ਜਿੱਥੇ ਖੀਰ ਦਾ ਪ੍ਰਸ਼ਾਦ ਮਿਲਦਾ ਅਤੇ ਉਹ ਕਾਲਾ ਪੀਲੀਆ ਠੀਕ ਕਰਦਾ ਅੱਛਾ ਜੀ ਅਤੇ ਲਗਭਗ 3-4 ਕਰੋੜ ਦੀ ਜਿੱਦਣ ਉਹ ਹੁੰਦਾ ਉਹਨਾਂ ਦਾ ਕੋਈ ਦਿਨ ਦੂਨ 3-4 ਕਰੋੜ ਦੀ ਖੀਰ ਵਿਕ ਜਾਂਦੀ ਹੈ ਇਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਪਰ ਫਿਲਹਾਲ ਜਿਹੜੀ ਇੱਕ ਬ੍ਰੇਕ ਆਪਾਂ ਨੂੰ ਲੈਣੀ ਪੈਣੀ ਤੁਸੀਂ ਇਸੇ ਤਰ੍ਹਾਂ ਨਾਲ ਰਹੋ ਸਾਡੇ ਦਰਸ਼ਕ ਵੀ ਜਿਹੜੇ ਨੇ ਨਾਲ ਜੁੜੇ ਰਹਿਣ ਜੀ ਬਾਬੂ ਖਹਿਰਾ ਸਾਹਿਬ ਗੱਲ ਵਹਿਮਾਂ ਭਰਮਾਂ ਦੇ ਬਚਾਉਣ ਦੀ ਕਰ ਰਹੇ ਹਾਂ ਵਹਿਮਾਂ ਭਰਮਾਂ ਤੋਂ ਦੂਰ ਕਰਨ ਦੀ ਗੱਲ ਕਰਦੇ ਹਾਂ ਤੁਹਾਡੇ ਵੀ ਕੋਈ ਹੋਵੇ ਆਸੇ ਪਾਸੇ ਕੋਈ ਇਸ ਤਰ੍ਹਾਂ ਦਾ ਕੇਸ ਤਾਂ ਜ਼ਰੂਰ ਗੱਲ ਕਰ ਸਕਦੇ ਹੋ ਕਾਲ ਕਰ ਸਕਦੇ ਹੋ ਫਿਲਹਾਲ ਇੱਕ ਬ੍ਰੇਕ ਲੈਂਦੇ ਦੇਖਦੇ ਰਹੋ ਜਸ ਪੰਜਾਬੀ ਲਓ ਜੀ ਹਾਜ਼ਰ ਆ ਇੱਕ ਵਾਰ ਫਿਰ ਪ੍ਰੋਗਰਾਮ ਅੱਜ ਦਾ ਲੈ ਕੇ ਪ੍ਰੋਗਰਾਮ ਦੇ ਵਿੱਚ ਬੜੀਆਂ ਵਧੀਆ ਗੱਲਾਂ ਹੋ ਰਹੀਆਂ ਖਾਸ ਤੌਰ 'ਤੇ ਵਹਿਮਾਂ ਭਰਮਾਂ 'ਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਬਹੁਤ ਸਾਰੇ ਲੋਕਾਂ ਨੂੰ ਦਿਮਾਗ ਦੇ ਵਿੱਚ ਇਹ ਚੀਜ਼ ਭਾਰੀ ਹੋ ਜਾਂਦੀ ਹੈ ਦਿਮਾਗ ਭਾਰਾ ਰਹਿੰਦਾ ਸੁੰਨ ਰਹਿੰਦਾ ਸਿਰ ਦੁਖਣੋਂ ਨਹੀਂ ਹਟਦਾ ਬਹੁਤ ਸਾਰੇ ਕੇਸ ਐਸੇ ਹੁੰਦੇ ਨੇ ਸਾਡੇ ਸਮਾਜ ਦੇ ਵਿੱਚ ਅਤੇ ਉਹਨਾਂ ਦੀ ਸਾਰਿਆਂ ਨੂੰ ਕਿਵੇਂ ਅਸੀਂ ਬਚ ਸਕਦੇ ਹਾਂ ਕੀ ਕਰ ਸਕਦੇ ਹਾਂ ਉਹ ਬਾਬ ਖਹਿਰਾ ਸਾਹਿਬ ਹੈਗੇ ਨੇ ਗੱਲਬਾਤ ਕਰਦੇ ਹਨ ਇਹ ਬਾਬਾ ਜੀ ਇਹਦਾ ਕਿਵੇਂ ਫਿਰ ਜਿਹੜਾ ਕਿਸੇ ਨੂੰ ਹੈਗਾ ਕਹਿੰਦੇ ਜੀ 2 ਸਾਲ ਹੋ ਗਏ ਮੰਜੇ 'ਤੇ ਪਏ ਨੂੰ 3 ਸਾਲ ਹੋ ਗਏ ਮੰਜੇ 'ਤੇ ਪਏ ਨੂੰ ਬੰਦੇ ਨੂੰ ਅਤੇ ਉਹ ਕਿਵੇਂ ਸ਼ੁਰੂਆਤ ਕਰਦੇ ਉਹਦੀ ਉਹਨੂੰ ਠੀਕ ਕਰਨ ਦੀ ਪਹਿਲਾਂ ਤਾਂ ਸਾਡੇ ਦਰਸ਼ਕ ਇਹ ਜਾਣਨਾ ਚਾਹੁੰਦੇ ਸਭ ਤੋਂ ਪਹਿਲਾਂ ਉਦੋਂ ਵੀ ਪਹਿਲਾਂ ਜਿਹੜੇ ਕੋਈ ਦਿਮਾਗ ਦੇ ਵਿੱਚ ਕੁਐਸਚਨ ਹੋਏ ਜਿਹਨਾਂ ਮੈਨੂੰ ਪਹਿਲਾਂ ਵੀ ਪਿੱਛੇ ਪਿੱਛੇ ਸੀ ਬਹੁਤ ਵੀ ਪੈਸੇ ਕਿੰਨੇ ਲੈਂਦੇ ਆ ਹੁਣ ਅਸੀਂ ਬਾਬੇ ਭੂਤ ਕੱਢਣ ਦਾ ਬਾਬਿਆਂ ਦੇ ਤੁਸੀਂ ਅਸੀਂ ਤਾਂ ਬਿਲਕੁਲ ਫ੍ਰੀ ਕਰਦੇ ਹਾਂ ਜੀ ਅਸੀਂ ਕੋਈ ਪੈਸਾ ਨਹੀਂ ਲੈਂਦੇ ਖਾਸ ਕਰਕੇ ਇੱਥੇ ਅਮੈਰੀਕਾ ਦੇ ਵਿੱਚ ਜਿਹੜਾ ਤੁਹਾਡੀ ਰੇਂਜ 'ਚ ਹੈ ਜਿੱਥੇ ਅਮੈਰੀਕਾ ਦੇ ਵਿੱਚ ਇਹ ਕਿਉਂਕਿ ਇੱਥੇ ਨਾ ਅੱਗਾਂ ਲੱਗਦੀਆਂ ਅਤੇ ਨਾ ਖੂਨ ਦੇ ਛਿੱਟੇ ਵੱਜਦੇ ਇਹੋ ਜਿਹੇ ਤਾਂ ਮੇਰਾ ਖਿਆਲ ਨਹੀਂ ਹੁੰਦੀ ਇਹ ਗੱਲ ਪਰ ਹਾਂ ਭੂਤ ਲੋਕਾਂ ਨੂੰ ਨਜ਼ਰ ਆਉਂਦੇ ਆ ਦੌਰੇ ਪੈਂਦੇ ਆ ਲੋਕਾਂ ਨੂੰ ਜਾਂ ਸਰੀਰ ਦੇ ਉੱਤੇ ਨੀਲ ਪੈ ਜਾਂਦੇ ਆ ਇਹ ਜਿਹੜੀਆਂ 3-4 ਬਿਮਾਰੀਆਂ ਹੈਗੀਆਂ ਵਾ ਜਾਂ ਜਿਹਨੂੰ ਡਿਪਰੈਸ਼ਨ ਹੋ ਜਾਂਦਾ ਵਾ ਉਹਦੇ ਵੀ ਹੈਲਪ ਕਰਦੇ ਹਾਂ ਅਸੀਂ ਕਰਨ ਲਈ ਆਹ ਜਿਹੜੀਆਂ ਚੀਜ਼ਾਂ ਵਾ ਇਹਨਾਂ ਦਾ ਇਲਾਜ ਇੱਥੇ ਬੜਾ ਸੌਖਾ ਵਾ ਕੋਈ ਇਹ ਸਾਰਾ ਵਹਿਮ ਆ ਇਹ ਵਹਿਮ ਤੋਂ ਹੀ ਇਹਦਾ ਗਾਂਹ ਤੁਰਦਾ ਵਾ ਕੰਮ ਇਸ ਕਰਕੇ ਪੁੱਠਿਆਂ ਚੱਕਰਾਂ 'ਚ ਨਾ ਪਾਓ ਬਾਬਿਆਂ ਦੇ ਚੱਕਰਾਂ 'ਚ ਨਾ ਪਾਓ ਅੰਧ ਵਿਸ਼ਵਾਸ ਆ ਹੁਣ ਇੱਕ ਭੈਣ ਜੀ ਦਾ ਫੋਨ ਆਇਆ ਸੀ ਕਹਿੰਦੇ ਵੀ ਅਸੀਂ ਨਹੀਂ ਮੰਨਦੇ ਬਹੁਤ ਸਾਰੇ ਲੋਕ ਇੱਦਾਂ ਕਹਿੰਦੇ ਆ ਕਿ ਅਸੀਂ ਨਹੀਂ ਮੰਨਦੇ ਹਾਂਜੀ ਪਰ ਉਹ ਵਹਿਮ ਕਰੀ ਜਾਂਦੇ ਆ ਬਿੱਲੀ ਲੰਘੀ ਤਾਂ ਵਹਿਮ ਠੀਕ ਹੈ ਜੀ ਸਿੱਖ ਮਾਰਤੀ ਤਾਂ ਵਹਿਮ ਆ ਇਹ ਜਿਹੜੇ ਪੁਰਾਣੇ ਲੋਕਾਂ ਦੇ ਬਣਾਏ ਹੋਏ ਆ ਵੀ ਆਪਾਂ ਸੱਜਾ ਪੈਰ ਕਰਨਾ ਖੱਬਾ ਪੈਰ ਇਹ ਅਜੇ ਵੀ ਲੋਕ ਵਹਿਮ ਕਰੀ ਜਾਂਦੇ ਮੈਂ ਬਹੁਤ ਸਾਰੇ ਵੇਖੇ ਆ ਅਜੇ ਵੀ ਕੁੰਡਲੀਆਂ ਬੁਲਾਉਂਦੇ ਆ ਵਿਆਹ ਸ਼ਾਦੀਆਂ ਵਾਸਤੇ ਕੁੜੀ ਮੁੰਡੇ ਦੀ ਕੁੰਡਲੀ ਨੂੰ ਇਹ ਤਾਂ ਚਲੋ ਉਹਨਾਂ ਦੇ ਇੱਕ ਜਿਹੜਾ ਹੈਗਾ ਹਿੰਦੂ ਧਰਮ ਦੇ ਵਿੱਚ ਮਾਨਤਾ ਹੈਗੀ ਬਹੁਤ ਜ਼ਿਆਦਾ ਹਿੰਦੂ ਧਰਮ ਨਹੀਂ ਆਪਣੇ ਪੰਜਾਬੀ ਸਿੱਖਾਂ ਦੇ ਵਿੱਚ ਸਿੱਖਾਂ ਦੇ ਵਿੱਚ ਥੋੜ੍ਹਾ ਘੱਟ ਆ ਪਰ ਫਿਰ ਵੀ ਮੇਰੇ ਖਿਆਲ ਬਣਾਉਂਦੇ ਆ ਮੈਂ ਉਹ ਵੀ ਦੱਸਣਾ ਚਾਹੁੰਦਾ ਵੀ ਕੋਈ ਕੁੰਡਲੀ ਨਹੀਂ ਆਪ ਹੀ ਬਣਾਈ ਜਾਂਦੀ ਆ ਜਿੱਦਾਂ ਦੀ ਮਰਜ਼ੀ ਬਣਵਾ ਦਿਓ ਕੁੰਡਲੀ ਇਹਦਾ ਕੋਈ ਮਤਲਬ ਨਹੀਂ ਗਾ ਕੁੰਡਲੀ ਦੇ ਨਾਲ ਜਿਹੜੀ ਤੁਸੀਂ ਨਗ ਪਾਉਂਦੇ ਜੇ ਉਂਗਲਾਂ ਦੇ ਵਿੱਚ ਇਹ ਨਗ ਦਾ ਕੋਈ ਮਤਲਬ ਨਹੀਂ
कोई थोड़ा फायदा नहीं करता, ये सिर्फ उन्होंने झोली भरता वा नुकसान करता वा, होर तुहाडा कोई फायदा नहीं करता। असी कलाकारां दी गल करिए, बहुत सारे कलाकार ऐसे हैगे ने साढ़े जिहड़े जिन्हां नूं ये हैगा कि मैं नग पाया फलाना तो मेरा उस तो बाद मैनूं फिल्मां दे विच काम बड़ा मिलिया। असी बॉलीवुड की गल कर सकते, उहदे विच बहुत ऐसे बॉलीवुड दे विच बहुत ही वड्डे वड्डे काम आ जी, उह तां ते आपां गल ही नहीं करदे, आपां ते अपने पंजाबियों की गल करदे आ, खास करके सिखां की गल करदे आ, जिहड़े इन्हां वहमां भरमां विच आ के अपने जिहड़ी मेहनत की कमाई ते किन्नी मेहनत करदे आ, किन्ने किन्ने घंटे काम करदे आ, असी उच्च चक के उन्होंने झोलियाँ पा दें, तो वो गल घर घरेलू गलां होंदियां उन्होंने समझा करो जी, ये गल्लां कित्थों शुरू हुई क्यों हुई, तुहानू अपने आप ही समझ लग जूगी जदों परिवार को समझोगे, बच्चों के नाल गल करोगे, बच्चों के दोस्त बनोगे, तुहाडे घर दे विच कोई बीमारी इहो जी वड़ूगी नहीं वहम वाली जिहड़ी। तो अगर असी गल करिए डिप्रैशन, अजकल बहुत है डिप्रैशन दे विच वी इहदा कोई रोल हैगा इन्हां चीज़ां दा वहमां भरमां दा? ये डिप्रैशन तो ही शुरू हुंदी आ जी, पहला डिप्रैशन ही हुंदा बंदे नूं, डिप्रैशन इदा हों भी अं कोई यहोजा काम कर लेने, फर्ज करो घर वड्डा ले लिया, साड़ी मतलब इन्नी औकात नहीं सी, इन्ने पैसे साढ़े को है नहीं सी जी, पर असं लोगों वाले वेख के जल्दबाजी से ही घर वड्डा ले लिया, महंगी गड्डी ले ली, हूँ वो किस्तां नहीं आ रही, बच्चे को कोई नौकरी नहीं मिल रही, बच्चा की कर रहा, क्यों कि उन्हें पढ़ाई की है, ज अपनी नौकरी चले गई, सौ गल्ला यह हो जाए, उतों फिर डिप्रैशन हों, डिप्रैशन तो बाद फिर ये चीज़ा जीडिया तू नज़र आने लग पैं, भूत नज़र आने लग पे, तुम दूजे तो डर आने लग पा किसी ना किसी तो, उतों ये गांह जो डिप्रैशन एक परिवार के बंद हो जाता, वो जो यह जी गल करता असी उत्तों थोड़ा जहा खड़ा छिड़ा लेने भी जल तू रहन दे, जबकि बह के दो दो घंटे तीन तीन घंटे चार चार घंटे टाइम स्पेंड करो, गल् करो, वे जिन्ना तुम्हें ज्यादा गल् करोगे उन्नी छेती डिप्रैशन के निकलूगा। सो य बहुत सब तो पहली जी चीज़ है, बाकी दवाई तो तुम्हें लैनी है डॉक्टर तो, पर यह जी चीज़ है इन्हें ज़्यादा असर करना वा, दवाई तो बिना भी ये ठीक ये तो ठीक कर सकते जी। तो असं जो पहला सुनते होंगे मेरे ख्याल अजक तो है नहीं जी, घट गया ज फट गया बिल्कुल ही, जो कपड़िया अग लग गई संदूक के ट्रंक के पेटी के अग लग गई, खून के छिट्टे आ गए, मेरे ख्याल अजक तो वो चीज़ें है नहीं, लोग कारण इतने नहीं है, पर पिंड अजे भी बहुत ने, नहीं पंजाब है, पंजाब अजे भी बहुत ने। अच्छा हाँ एक गल मैं होर भी तुम याद आ गई भी आम मतलब भूत लोग नज़र आते तो बाबे की करते जो तुम जाते जे तो वो आते भी तुम ही उ भूत जोड़ा वा एक बच्चे के नहों के दिखा देने। हाँ जी तो वो बच्चे नहों के सरों तेल लाते हैं तो तवे की काल खिलाते तो बच्चे पुछते भी देख ये उ भूत आदा का भूत आ, पहला बंदे पुछ लेंगे ज जनानी पुछ लेंगे भी तुम्हें कि भूत भूत न नज़र आता, फिर वो बच्चे दसते भी उ बच्चा जोड़ा वा वो मतलब वह दिमाग छोटा हों बड़ी छेती काबू हो जाता, बच्चे ने उही बोलना वा जो उस बाबे ने बोलना जी, ते आम जिहड़े मानसिक तौर पर बीमार आ जां जिन्हां ने वो बाबे तक पहुँच की तो कहना वाह 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 बाबे ने तो उही जिहड़ा भूत सीगा वो बच्चे दे नौ दे विच विखाता, सो ये सारा ड्रामा हुंदा। ते एक तुसीं कर सकदे ये भी पंजाब दे विच बड़ा एक बड़ा रौला पिया सी पिछे जे भी किसी की कोई चीज़ चोरी हो गई हाँ डिग पई ठीक है तो वह मुड़ के वो यही जो कोई बाबे है जो को चल जाओ नौ दे दिखा दिता भी जिन्हें तुहाडी चीज़ चक्की है जिहदे कोल तुहाडी चीज़ हैगी है जे हैगी है हाँ यह हुंदा वा कि जदों अं बाबे कोल जाने ना बाबा तुहानू पुछदा वा भी तुहानू किहदे ते शक आ, फिर असीं दसदे हां भी सानू फलाने ते शक आ, वो इदां दा वा वो इदां दा वा इदां दा, फिर उहनें बच्चे नूं उही गल्लां करनियां जिहड़ा बच्चे नूं उहने सवाल करना बच्चे ने उही जवाब देना वा, क्योंकि बच्चा अठ नौ साल का दस साल का बारह साल पंद्रह तो थले थले आता बच्चा जिहड़ा भी होवे, उन्हें जिहड़ा बाबे ने उन्हें कहा इदां दा उन्हें कहना हाँ ये आ कर रहा कहना हाँ ये तुसीं आम बंदे जिहड़े नोट नहीं करते, उन्हें उही बोलना जो बाबे ने बोलना। साढ़े भी एक केस होया सी तो चैनी गवाच गई किसी की तो चल गए बाबे को तो हुण बाबे ने नौ दे विच दिखाता, हुण जिहड़े जिहड़े बंदे जिहड़ी लेडी की चैनी गवाची सी उन्होंने लग्या उही दराणी जठाणी जो तो उन्हें इदा की होनी दिखोती होनी या करती होनी है तो उन्हें जो दस्या तो दराणी जठाणी उन्हें दिखो यही फोटो दिखाती भी देखता उही है तो कहती हाँ जाके लड़ाई पिट स्यापा पूरा पै गया डांगो डांगी हो गया, तो बाद चैनी वो सोफे के कितने पई सी पिछे न्याणे ने ला लू के देखी रखी होनी कितने तो सोफे बिल्कुल जी तुहाडे पीढ़ियां तो चले आउंदे रिश्ते जिहड़े आ ना वो ये खराब कर देंगे ने लड़ाइया पा देंगे ने दुश्मनियाँ पा देंगे ने इन्हां तो बच के रहो जिन्ना भी बचा जाता। अच्छा असी गल की थी तर्कशीत की, तर्कशीत सोसायटी जी कदों को होंद आई तो इन्हें किमें काम करना शुरू किया, तो मेरे ख्याल मेघराज मित्र उन्होंने शुरू की थी उस पहला किसने? हाँ जी हाँ जी ये असल 1968 तर्कशील सोसायटी जी कोलंबो के
ਡਾਕਟਰ ਕਪੂਰ ਜਿਹੜਾ ਵਾ ਪਹਿਲਾ ਤਰਕਸ਼ੀਲ ਹੋਇਆ ਵਾ। ਅੱਛਾ ਜੀ। ਉਹਨੇ 1968 ਦੇ ਵਿੱਚ 1 ਲੱਖ ਰੁਪਈਆ ਨਾਮ ਰੱਖਿਆ ਸੀਗਾ ਜੀ, ਜਿਹੜਾ ਕਿ ਉਸ ਟਾਈਮ ਦੇ ਬਹੁਤ ਜ਼ਿਆਦਾ ਸੀਗਾ। ਮਤਲਬ ਉਹਦੀ ਲੇਖਣੀ ਦੇ ਵਿੱਚ ਇਹ ਆ ਜੀ ਕਿ ਜੇ ਮੇਰੇ ਤੋਂ ਕੋਈ ਸ਼ਰਤ ਜਿੱਤ ਜਾਂਦਾ ਤਾਂ ਮੈਂ ਆਪਣਾ ਸਾਰਾ ਕੁਛ ਵੇਚ ਕੇ ਵੀ ਮੇਰੇ ਕੋਲ 1 ਲੱਖ ਰੁਪਈਆ ਪੂਰਾ ਨਹੀਂ ਸੀ ਹੋਣਾ ਜੀ। ਪਰ ਅੱਜ ਤੱਕ ਕੋਈ ਵੀ ਬੰਦਾ ਸ਼ਰਤ ਨਹੀਂ ਜਿੱਤ ਸਕਿਆ। 21 ਸ਼ਰਤਾਂ ਰੱਖੀਆਂ ਹੋਈਆਂ, ਕੋਈ ਇੱਕ ਵੀ ਸ਼ਰਤ ਪੂਰੀ ਕਰਦੇ ਤਾਂ ਹੁਣ ਤਾਂ ਮੇਘਰਾਜ ਮਿੱਤਰ ਜੀ ਹੋਣਾ ਨੇ 1 ਕਰੋੜ ਰੁਪਈਆ ਰੱਖਿਆ, ਦੂਜੀਆਂ ਸੁਸਾਇਟੀਆਂ ਜਿਹੜੀਆਂ ਵਾ ਉਹਨਾਂ ਨੇ 25-25 ਲੱਖ ਦੇ, 5-5 ਲੱਖ ਦੇ, ਕੈਨੇਡਾ ਦੇ ਵਿੱਚ ਵੀ ਰੱਖੇ ਹੋਏ, ਕੈਨੇਡਾ 'ਚ $1.5 ਲੱਖ ਰੱਖਿਆ, ਇੰਗਲੈਂਡ ਦੇ ਵਿੱਚ £1 ਲੱਖ ਜਿਹੜਾ ਨਾਮ ਰੱਖਿਆ, ਬਹੁਤ ਵੱਡੇ। ਅਜੇ ਤੱਕ ਕੋਈ ਨਹੀਂ ਸਾਹਮਣੇ ਆਇਆ, ਕੋਈ ਸਾਹਮਣੇ ਆਇਆ ਨਹੀਂ। ਅਤੇ ਅੱਛਾ, ਤੁਹਾਡਾ ਕਦੇ ਕਿਸੇ ਨਾਲ ਵਾਹ ਵਾਸਤਾ ਪਿਆ ਇੱਦਾਂ ਦਾ, ਕਿਸੇ ਨਾਲ ਬਹਿਸ ਬਸਈ ਆ ਕਿਸੇ ਬਾਬੇ ਨਾਲ? ਨਹੀਂ, ਉਹ ਮੈਂ ਤੁਹਾਨੂੰ ਪਿਛਲੀ ਆਪਾਂ ਇੰਟਰਵਿਊ ਦੇ ਵਿੱਚ ਜ਼ਿਕਰ ਕੀਤਾ ਸੀ, ਜਿਹੜਾ ਇੱਕ ਬਾਬੇ ਨੂੰ ਭਜਾਇਆ ਸੀਗਾ ਜਿਹਦੇ ਚਿਰਾਗ ਵਗੈਰਾ ਮੇਰੇ ਘਰ ਪਏ ਨੇ। ਇਹ ਕਿਹੜੀ ਜਗ੍ਹਾ ਸੀ ਉਹ? ਇੱਧਰ ਮੁੰਡਾ ਪਿੰਡ ਪੰਜਾਬ ਦਾ ਹੀ, ਪੰਜਾਬ ਦੇ ਵਿੱਚ। ਮੈਂ ਕਿਹਾ ਸ਼ਾਇਦ ਇੱਧਰ ਦੀ। ਨਹੀਂ ਨਹੀਂ, ਉੱਧਰ। ਅਤੇ ਜਿਹੜੇ ਇੱਧਰ ਹੈਗੇ ਨੇ ਕਾਫੀ ਜ਼ਿਆਦਾ ਆਉਂਦੇ ਨੇ, ਔਰ ਹੁਣ ਤਾਂ ਮੈਨੂੰ ਲੱਗਦਾ ਵੀ ਘੱਟ ਗਏ, ਨਹੀਂ ਤਾਂ ਪਹਿਲਾਂ ਨਾ ਇੱਕ ਅਖਬਾਰ ਜਿਹੜੀ ਵੀ ਕੋਈ ਛਪਦੀ ਸੀ ਉਹ ਪੂਰੀ ਭਰੀ ਪਈ ਹੁੰਦੀ ਸੀ, ਨੰਬਰ ਹੁੰਦੇ ਸੀ ਇੰਗਲੈਂਡ ਦੇ। ਹਾਂਜੀ। ਅਤੇ ਜਦੋਂ ਕੋਈ ਫੋਨ ਕਰਦਾ ਸੀ ਤਾਂ ਉਹ ਮੇਰੇ ਖਿਆਲ ਮੈਂ $100-$150 ਲੈ ਕੇ, ਬਿਲਕੁਲ ਕਾਰਡ ਨੰਬਰ ਪਹਿਲਾਂ ਲੈ ਕੇ, ਅਤੇ ਫਿਰ ਅਗਲੀ ਗੱਲ ਕਰਦੇ। ਬਹੁਤ ਲੁੱਟਿਆ ਜੀ ਉਹਨਾਂ ਨੇ, ਬਹੁਤ ਬੜੇ ਲੁੱਟੇ ਗਏ, ਅਤੇ ਬਹੁਤ ਬਾਬੇ ਮੁੜ ਕੇ ਫੜੇ ਵੀ ਗਏ। ਫੜੇ ਪਹਿਲਾਂ ਕੀ ਮਿਲਦਾ ਮੁੜ ਕੇ ਉਹਨਾਂ ਕੋਲੋਂ? ਅੱਛਾ, ਜਿਹੜਾ ਆਂਡਿਆਂ ਵਾਲਾ ਬਾਬਾ ਸੀ ਇਹਦਾ ਕੀ ਸੱਚ ਸੀਗਾ, ਜਿਹੜੇ ਆਂਡੇ ਵਾਲੇ ਬਾਬਾ ਮਸ਼ਹੂਰ ਸੀ? ਆਂਡੇ ਵਾਲੇ ਬਾਬੇ ਦਾ ਜਿੱਥੋਂ ਤੱਕ ਮੈਂ ਉੱਥੇ ਜਦੋਂ ਗਿਆ ਵਾਂ ਪਤਾ ਲੱਗਾ ਸਾਡੇ ਤਰਕਸ਼ੀਲ ਮੈਂਬਰਾਂ ਨੂੰ ਸਾਰਿਆਂ ਨੂੰ, ਉਹ ਆਂਡੇ ਦੇ ਵਿੱਚੋਂ ਪਰਚੀ ਕੱਢਦਾ ਸੀ। ਉਹ ਇਸ ਤਰ੍ਹਾਂ ਕਰਦਾ ਸੀਗਾ ਕਿ ਜਿੱਦਾਂ ਮੈਂ ਤੁਹਾਡੇ ਕੋਲ ਗਿਆ ਅਤੇ ਮੈਂ ਤੋਂ ਬਾਬੇ ਦਾ ਬੰਦਾ ਵਾਂ, ਮੈਂ ਤੁਹਾਨੂੰ ਇਹ ਕਹਿਣਾ ਵਾਂ ਵੀ ਬਾਬਾ ਲੈ ਵੀ ਉਹ ਤਾਂ ਹੱਥੇ ਸਰੋਂ ਜਮਾਉਂਦਾ, ਹਾਂਜੀ, ਤੁਸੀਂ ਆਪ ਆਂਡੇ ਲੈ ਕੇ ਜਾਣੇ, ਉਹਨੇ ਆਪ ਉੱਬਲਣੇ ਰੱਖਣੇ ਆ, ਤੁਹਾਡੇ ਸਾਹਮਣੇ ਆਂਡੇ ਛਿੱਲਣੇ ਆ ਅਤੇ ਵਿੱਚੋਂ ਪਰਚੀ ਨਿਕਲ ਆਉਣੀ ਆ। ਅਤੇ ਇੱਕ ਵਾਰਾਂ ਦਾ ਹੀ ਤੁਸੀਂ ਮੰਨੇ, ਦੋ ਵਾਰਾਂ ਨਹੀਂ ਮੰਨੇ, ਤੀਜੀ ਵਾਰ ਤੁਸੀਂ ਮੰਨ ਜਾਣਾ ਤਾਂ ਤੁਸੀਂ ਮੈਨੂੰ ਕਹਿਣਾ ਵੀ ਮੈਂ ਇਸ ਵੀਕਐਂਡ 'ਤੇ ਜਾਊਂਗਾ। ਅਤੇ ਮੈਂ ਉਹਨੂੰ ਬਾਬੇ ਨੂੰ ਪਹਿਲਾਂ ਦੱਸ ਦੇਣਾ ਵਾਂ ਵੀ ਉਹ ਭਾਈ ਫਲਾਨਾ ਬੰਦਾ ਆਹ ਉਹਦਾ ਨਾਂ, ਆਹ ਉਹਦੇ ਘਰਵਾਲੀ ਦਾ ਨਾਂ, ਆਹ ਉਹਦੇ ਪਿਓ ਦਾ ਨਾਂ, ਆਹ ਉਹਦੇ ਬੱਚਿਆਂ ਦਾ ਨਾਂ, ਇੰਨੇ ਉਹਦੇ ਬੱਚੇ ਆ, ਇੱਥੇ ਉਹਦਾ ਘਰ ਆ, ਉਹਦੇ ਘਰ ਦਾ ਮੂੰਹ, ਸਾਰਾ ਕੁਛ ਮੈਂ ਬਾਬੇ ਨੂੰ ਲਿਖਾ ਦੇਣਾ ਜੀ। ਉਹਨੇ ਬਾਬੇ ਨੇ ਇੱਕ ਮਾਰਕਰ ਦੇ ਨਾਲ, ਇੱਕ ਪਰਚੀ ਦੇ ਉੱਤੇ ਪੈਨ ਦੇ ਨਾਲ ਲਿਖ ਲੈਣਾ ਸਾਰਾ ਕੁਛ। ਉਹਨੇ ਪਹਿਲਾਂ ਹੀ ਆਂਡਾ ਜਿਹੜਾ ਉਬਾਲ ਕੇ ਉਹਨੂੰ ਥੋੜ੍ਹਾ ਜਿਹਾ ਛਿੱਲ ਤੋੜ ਕੇ ਉਹਦੇ ਵਿੱਚ ਕੱਢ ਕੇ ਉਹਨੇ ਪਰਚੀ ਪਾ ਦੇਣੀ ਵਿੱਚ, ਉਹਨੇ ਮੁੜ ਕੇ ਆਂਡੇ ਨੂੰ ਉੱਦਾਂ ਹੀ ਜੋੜ ਦੇਣਾ। ਜਦੋਂ ਤੁਸੀਂ ਆਂਡੇ ਲੈ ਕੇ ਗਏ, ਤੁਸੀਂ ਜਾ ਕੇ ਆਂਡੇ ਇੱਦਾਂ ਰੱਖਤੇ, ਉਹਨੇ ਤੁਹਾਡੇ ਸਾਹਮਣੇ ਕਿਚਨ ਦੇ ਵਿੱਚ ਜਾਣਾ ਅਤੇ ਆਂਡੇ ਉਬਲਣੇ ਰੱਖ ਦੇਣੇ ਆ। ਜਦੋਂ ਉਹਨੇ ਕੱਢ ਕੇ ਲਿਆਉਣੇ ਨਾਲ, ਉਹਨੇ ਉਹ ਆਂਡਾ ਜਿਹੜਾ ਵਾ ਉਹ ਵੀ ਨਾਲ ਉਹਦੇ ਵਿੱਚ ਰੱਖ ਦੇਣਾ, ਆਂਡਾ ਚੇਂਜ ਕਰ ਦੇਣਾ ਉਹਨੇ, ਤੁਹਾਨੂੰ ਨਹੀਂ ਪਤਾ ਲੱਗਣਾ ਤੁਸੀਂ ਬੈਠੇ ਦੇ ਸਾਹਮਣੇ ਸੀ ਇੱਦਾਂ। ਹਾਂਜੀ। ਤੁਸੀਂ ਆਪ ਛਿੱਲਣੇ ਆਂਡੇ ਜੀ, ਵਿੱਚੋਂ ਪਰਚੀ ਨਿਕਲਾਉਣੀ। ਹੁਣ ਜੇ ਤਾਂ ਤੁਸੀਂ ਸਿਆਣੇ ਜੇ, ਫਿਰ ਤਾਂ ਤੁਸੀਂ ਇਹ ਸਮਝ ਸਕਦੇ ਵੀ ਆਂਡਾ ਕਿੱਥੇ ਬਣਦਾ ਅਤੇ ਕਾਗਜ਼ ਕਿੱਥੇ ਬਣਦਾ, ਸ਼ਾਹੀ ਕਿੱਥੇ ਬਣਦੀ ਆ, ਇਹ ਇਕੱਠੇ ਕਿੱਦਾਂ ਹੋ ਸਕਦੇ ਆ ਜੀ। ਕਾਲਾ ਲੈ ਲਈਏ ਜੀ ਇੱਕ ਦੋ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਹਾਂਜੀ, ਜ਼ਰੂਰ ਜੀ, ਤੁਸੀਂ ਆਉਂਦੇ ਰਹੋ, ਦੱਸੋ ਜੀ। ਅੱਛਾ, ਇਹ ਨਾ ਜੀ, ਮੈਂ ਮੇਰਾ ਜ਼ਿਲ੍ਹਾ ਹੈਗਾ ਮੋਗਾ ਪੰਜਾਬ ਤੋਂ, ਅਤੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਨਾ ਇੱਕ ਭਗਤਾ ਭਾਈਕਾ ਹੈਗਾ ਜੀ। ਹਾਂਜੀ ਹਾਂਜੀ। ਉੱਥੇ ਜੀ ਨਾ ਇੱਕ ਖੂਹ ਹੈ, ਤੇ ਉਹ ਲੋਕੀ ਕਹਿੰਦੇ ਵੀ ਭੂਤਾਂ ਦਾ ਬਣਾਇਆ। ਅੱਛਾ ਜੀ। ਮੈਂ ਦੇਖਿਆ ਤਾਂ ਨਹੀਂ, ਪਰ ਮੇਰੀ ਭੂਆ ਦੇ ਕੋਈ ਉੱਥੇ ਰਹੀ ਆ ਜੀ, ਉਹ ਬਹੁਤ ਸਾਰੀ ਕਹਿੰਦੇ ਕਿ ਹਾਂਜੀ, ਉਹ ਕਹਿੰਦੇ ਹਾਂ ਹੈਗਾ ਤੇ ਬਣਿਆ ਵੀ ਉੱਥੇ, ਲੋਕੀ ਬਣਦੇ ਵੀ ਬਹੁਤ ਅਖਿਲ ਪੀੜੇ ਚੰਨ ਮੰਨਦੇ ਆ ਵੀ ਛੋਟੀਆਂ ਇੱਟਾਂ ਦਾ ਉਹ ਖੂਹ ਹੈ, ਤੇ ਉੱਥੇ ਸਾਈਨ ਵੀ ਥਾਂ ਥਾਂ ਲੱਗੇ ਹੋਏ ਸ਼ਹਿਰ ਦੇ, ਜਦੋਂ ਆਪਾਂ ਜੇ ਐਂਟਰ ਹੁੰਦੇ ਨਾ ਉੱਥੇ ਲਿਖਿਆ ਭੂਤਾਂ ਦਾ ਖੋਜ ਤੇਰਾ, ਭੂਤਾਂ ਦਾ ਖੋਜ ਤੇਰਾ, ਸਭ ਕੁਛ। ਇਹਦਾ ਮੈਨੂੰ ਨਹੀਂ ਸਮਝ ਲੱਗੀ ਕਿਸੇ ਨੇ ਪਹਿਲਾਂ ਕਾਲ ਕਿਉਂ ਜਾਂਦੀ। ਨਹੀਂ, ਅਸੀਂ ਜ਼ਰੂਰ ਗਏ ਇੰਡੀਆ, ਤਾਂ ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਜਾਣ ਦੀ ਉੱਥੇ। ਅਤੇ ਇਹ ਮੈਂ ਪਹਿਲਾਂ ਵੀ ਸੁਣਿਆ ਸੀਗਾ ਜੀ, ਉਹ ਕਹਿੰਦੇ ਰਾਤੋ ਰਾਤ ਭੂਤਾਂ ਨੇ ਬਣਾ ਤਾ। ਜ਼ਿਲ੍ਹਾ ਬਠਿੰਡਾ 'ਚ ਮੋਗਾ ਭਗਤਾ ਭਾਈ ਪਟਾਲਾ ਅਤੇ ਬਾਜਾ ਖਾਨਾ ਛੱਕ ਦਿੱਤੇ ਆ ਜੀ। ਜ਼ਰੂਰ ਕੋਸ਼ਿਸ਼ ਕਰਾਂਗੇ ਜੀ, ਬਹੁਤ ਮਿਹਰਬਾਨੀ ਤੁਹਾਡੀ। ਹੈਲੋ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ। ਹਾਂਜੀ ਮਾਸੀ ਜੀ, ਹੈਲੋ। ਇਹ ਹੈ, ਮਤਲਬ ਇਹ ਮੈਂ ਪਹਿਲਾਂ ਵੀ ਸੁਣਿਆ ਭੂਤਾਂ ਵਾਲਾ ਖੂਹ ਬਠਿੰਡੇ ਦੇ ਵਿੱਚ, ਉਹ ਭਗਤ ਭਾਈ ਕਾ। ਗੱਲ ਇਹ ਕਿ ਉਹ ਸਾਡੇ ਤਰਕਸ਼ੀਲ ਉਸ ਮੇਘਰਾਜ ਮਿੱਤਰ ਹੋਣੀ ਗਏ ਸੀ, ਗਏ ਸੀ ਉੱਥੇ। ਹਾਂ, ਉਹਨਾਂ ਨੇ ਸਾਰਾ ਕਲੀਅਰ ਕਰਤਾ ਸੀ ਲੋਕਾਂ ਨੂੰ, ਪਰ ਉਹ ਜਿਹੜੇ ਲੋਕਾਂ ਦੇ ਰੋਜ਼ੀ ਰੋਟੀ ਉੱਥੇ ਚੱਲ ਰਿਹਾ ਨਾ, ਉਹ ਨਹੀਂ ਬੰਦ ਕਰ ਰਹੇ। ਹੁਣ ਅਸੀਂ ਮਤਲਬ ਜ਼ਬਰਦਸਤੀ ਕਿ ਜਾ ਕੇ ਕਿਸੇ ਨਾਲ ਪੰਗਾ ਨਹੀਂ ਕਰ ਨਹੀਂ ਸਕਦੇ। ਜੇ ਸਾਨੂੰ ਪਿੰਡ ਦੀ ਪੰਚਾਇਤ ਜਾਂ ਸਾਰੇ ਲੋਕ ਕਹਿਣ ਜਾਂ ਪੁਲਿਸ ਵਾਲੇ ਨਾਲ ਸਾਡੇ ਜਾਣ, ਫਿਰ ਅਸੀਂ ਹਰ ਇੱਕ ਚੀਜ਼ ਜਿਹੜੀ ਆ ਉਹ ਸਾਹਮਣੇ ਲੋਕਾਂ ਦੇ ਕਰ ਦਿੰਦੇ ਹਾਂ। ਕੀ ਸੱਚ ਦੱਸਿਆ ਸੀ ਉਹਨਾਂ ਨੇ ਮਿੱਤਰ ਸਾਹਿਬ ਨੇ? ਮਤਲਬ ਇਹ ਇੱਕ, ਮੈਨੂੰ ਇਹਦਾ ਇੰਨੀ ਜ਼ਿਆਦਾ ਨਹੀਂ ਇਹਦੇ ਬਾਰੇ ਪਤਾ, ਪਰ ਇਹ ਮੈਂ ਇਹ ਪਤਾ ਨਾ ਵੀ ਉੱਥੇ ਗਏ ਸੀਗੇ ਅਤੇ ਸਾਰੀ ਗੱਲ ਕਲੀਅਰ ਕਰ ਰਹੇ ਸੀਗੇ ਕਿ ਇਹ ਸਾਰਾ ਇੱਕ ਮਤਲਬ ਡਰਾਮਾ ਕੀਤਾ ਗਿਆ ਵਾ। ਪਿੱਛੇ ਜੇ ਤੁਸੀਂ ਸੁਣਿਆ ਹੋਣਾ, ਇੱਕ ਉੱਧਰ ਹੀ ਕਿਤੇ ਕੋਈ ਰੁੱਖ ਸੀਗਾ, ਉਹਦੇ ਉਹ ਕਹਿੰਦੇ ਰੋਂਦਾ ਵਾ ਪਾਣੀ, ਫਿਰ ਉਹਨਾਂ ਨੇ ਜਾ ਕੇ ਉਹ ਸਾਰੇ ਲੋਕਾਂ ਨੂੰ ਵਿਖਾਇਆ ਵੀ ਆਹ ਦੇਖੋ ਕਿੰਨੇ ਨਿੱਕੇ ਨਿੱਕੇ ਕੀੜੇ ਨੇ, ਇਹ ਸਾਰੇ ਕੀੜੇ ਪਿਸ਼ਾਬ ਕਰਦੇ ਨੇ,
ਉਹ ਪਾਣੀ ਜਿਹੜਾ ਵਾ ਤੇ ਉਹ ਲੁਕੀ ਉਹ ਪੀ ਜਾਂਦੇ ਚੂੜੀਆਂ ਨਲਕੇ ਦਾ ਵੀ ਸੀਗਾ ਕੁਝ ਰੌਲਾ ਪਿਆ। ਚਲੋ ਆਪਾਂ ਗੱਲਬਾਤ ਕਰਦੇ ਰਵਾਂਗੇ, ਨਾਲ ਨਾਲ ਬ੍ਰੇਕ ਦਾ ਇੱਕ ਸਮਾਂ ਹੋ ਗਿਆ ਜੀ, ਬ੍ਰੇਕ ਤੋਂ ਬਾਅਦ ਫਿਰ ਅਸੀਂ ਇਸੇ ਤਰ੍ਹਾਂ ਗੱਲ ਕਰਾਂਗੇ। ਵੇਗਰਾਜ ਮਿੱਤਰ ਜੀ ਸਾਡੇ ਨਾਲ ਨੇ, ਔਰ ਸੌਰੀ ਬੌਬ ਖਹਿਰਾ ਜੀ, ਇਹ ਵੀ ਉਹਨਾਂ ਦੇ ਨਾਲ ਸਾਥੀ ਨੇ ਜਿਹੜੇ ਕਿ ਲੋਕਾਂ ਨੂੰ ਵਹਿਮ ਭਰਮਾਂ 'ਚ ਦੂਰ ਕਰਦੇ ਨੇ, ਆਪਣੇ ਕੰਮ ਕਾਰ ਆਪਣੇ ਕਰਦੇ ਨੇ। ਔਰ ਕੈਲੀਫੋਰਨੀਆ ਦੀ ਗੱਲ ਕਰੀਏ ਜਾਂ ਅਸੀਂ ਇੱਥੋਂ ਅਮੈਰੀਕਾ ਦੀ ਗੱਲ ਕਰੀਏ, ਜਿੱਥੇ ਤੱਕ ਜਾ ਸਕਦੇ ਨੇ ਆਪ ਫ੍ਰੀ ਜਾਂਦੇ ਨੇ ਤਾਂ ਫ੍ਰੀ ਠੀਕ ਕਰਕੇ ਆਉਂਦੇ ਨੇ, ਜੇ ਟਿਕਟ ਟੂਟ ਲੈਣੀ ਪਵੇ ਤਾਂ ਫਿਰ ਅਗਲੇ ਨੂੰ ਲੈ ਕੇ ਦੇਣੀ ਪੈਂਦੀ ਹੈ। ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਫਿਰ ਹਾਜ਼ਰ ਹੁੰਦੇ, ਦੇਖਦੇ ਰਹੋ ਜਸ ਪੰਜਾਬ। ਹਾਜ਼ਰ ਆ ਜੀ, ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ ਪ੍ਰੋਗਰਾਮ ਅੱਜ ਚੱਲ ਰਿਹਾ ਤੁਹਾਡੇ ਰੂਬਰੂ, ਖਾਸ ਤੌਰ 'ਤੇ ਵਹਿਮਾਂ ਭਰਮਾਂ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬਹੁਤ ਸਾਰੇ ਦਰਸ਼ਕ ਜੁੜੇ ਨੇ ਨਾਲ, ਕਾਲਾਂ ਕਰਕੇ ਵੀ ਆਪਣੀ ਗੱਲਬਾਤ ਕਰ ਰਹੇ ਨੇ, ਵਿਚਾਰ ਪੇਸ਼ ਕਰ ਰਹੇ ਨੇ, ਤੁਸੀਂ ਆਪਣੇ ਵਿਚਾਰ ਪੇਸ਼ ਕਰ ਸਕਦੇ ਹੋ। ਬੌਬ ਖਹਿਰਾ ਸਾਹਿਬ, ਤਰਕਸ਼ੀਲ ਸੁਸਾਇਟੀ ਦੀ ਅਸੀਂ ਗੱਲ ਕਰਦੇ ਹਾਂ, ਤਰਕਸ਼ੀਲ ਬੰਦਿਆਂ ਦੀ ਗੱਲ ਕਰਦੇ ਹਾਂ ਕਿ ਤਰਕ ਦੇ ਕੇ ਗੱਲ ਕਰਨ ਦੀ ਗੱਲ ਕਰਦੇ ਹਾਂ, ਤਾਂ ਕੋਈ ਸਵਾਲ ਹੋਵੇ ਤੁਸੀਂ ਕਰ ਸਕਦੇ ਹੋ। ਬੌਬ ਖਹਿਰਾ ਸਾਹਿਬ ਨਾਲ ਗੱਲ ਕਰਦੇ ਹਾਂ, ਨਾਲ ਨਾਲ ਖਹਿਰਾ ਸਾਹਿਬ ਕਾਲਾਂ ਆਪਾਂ ਲੈ ਲਈਏ ਇੱਕ ਅੱਧੀ ਹੋਰ। ਹਾਂਜੀ ਹੈਲੋ, ਸਤਿ ਸ਼੍ਰੀ ਅਕਾਲ ਜੀ, ਆਉਂਦੇ ਰਹੋ। ਸਰਦਾਰ ਗੁਰਮੇਲ ਸਿੰਘ ਜੀ, ਧੀਰ ਸਾਹਿਬ। ਹਾਂਜੀ, ਸਰਦਾਰ ਜਗਤਾਰ ਸਿੰਘ ਜੀ ਅਤੇ ਭਾਈ ਸਾਹਿਬ ਦਾ ਨਾਂ ਕੀ ਹੈ? ਬੌਬ ਖਹਿਰਾ। ਖਹਿਰਾ ਸਾਹਿਬ, ਅੱਛਾ ਖਹਿਰਾ ਸਾਹਿਬ, ਤੁਹਾਨੂੰ ਵੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਮਿਹਰਬਾਨੀ। ਹਾਂਜੀ, ਹੋਰ ਸੁਣਾਓ, ਠੀਕ ਠਾਕ? ਹਾਂਜੀ ਹਾਂਜੀ, ਤੁਸੀਂ ਠੀਕ ਹੋ? ਹਾਂਜੀ ਵਧੀਆ ਜੀ, ਵਧੀਆ ਵਧੀਆ। ਅਤੇ ਕੀ ਵਿਚਾਰ ਨੇ, ਤਰਕਸ਼ੀਲ ਨੇ ਇਹ? ਬਹੁਤ ਸਾਰੇ ਲੋਕਾਂ ਨੂੰ ਇਹਨਾਂ ਨੇ ਕੀਤਾ ਠੀਕ ਵੀ, ਇੱਥੇ ਪ੍ਰੋਬਲਮ ਜਿਹੜੀ ਸੀ ਪਾਕਿਸਤਾਨ ਤੱਕ ਵੀ ਜਾ ਕੇ ਆਈ। ਪਹਿਲਾਂ ਤਾਂ ਮੈਂ ਕੈਨੇਡਾ ਦੀ ਖਬਰ ਸੁਣਾਉਣੀ ਚਾਹੁੰਦਾ, ਜਿਹੜੀ 3-4 ਦਿਨ ਦੀ ਆ, 3 ਦਿਨ ਪਹਿਲਾਂ ਦੀ। ਹਾਂਜੀ, ਇੱਥੇ ਤੁਹਾਨੂੰ ਪਤਾ ਵੀ ਜਿਹੜੇ ਸਾਡੇ ਮੂਲ ਵਾਸੀ ਨੇ, ਓਰਿਜਿਨਲ ਲੋਕ, ਉਹਨਾਂ ਦੇ ਬੱਚੇ 1150 ਦੇ ਕਰੀਬ ਮਿਲੇ। ਹਾਂਜੀ, ਉਹਨਾਂ ਦੇ ਡੈਡ ਬਾਡੀ ਮਿਲੀਆਂ। ਹਾਂਜੀ ਹਾਂਜੀ, ਆਪਾਂ ਕਰਦੇ ਜੀ ਗੱਲ ਜ਼ਿਕਰ। ਹਾਂਜੀ, ਇੱਥੇ ਮੈਰੀ ਸਿਮੰਤ, ਉਹਦਾ ਨਾਮ ਮੈਰੀ ਸਾਈਮਨ ਆ, ਨੇਟਿਵ ਇੰਡੀਅਨ ਦੀ ਉਹ ਔਰਤ ਆ, ਤੇ ਉਸਨੇ ਨੇਟਿਵ ਇੰਡੀਅਨ ਦੇ ਵਿੱਚ ਜਾ ਕੇ ਗਰਾਊਂਡ ਲੈਵਲ ਦੇ ਉੱਤੇ ਕੰਮ ਕੀਤਾ, ਤੇ ਅੰਬੈਸਡਰ ਵੀ ਰਹੀ ਤੇ ਹੋਰ ਵੀ ਬਹੁਤ ਚੰਗੇ ਕੰਮ ਕੀਤੇ ਨੇ। ਅੱਛਾ ਜੀ, ਉਸ ਨੂੰ ਕੈਨੇਡਾ ਦੀ ਗਵਰਨਰ ਜਨਰਲ ਪਹਿਲੀ, ਉਸ ਨੂੰ ਮਤਲਬ ਨੇਟਿਵ ਇੰਡੀਅਨ ਔਰਤ ਨੂੰ 154 ਸਾਲ ਦੀ ਹਿਸਟਰੀ ਵਿੱਚ ਉਹਨੂੰ ਗਵਰਨਰ ਜਨਰਲ ਬਣਾ ਦਿੱਤਾ ਗਿਆ। ਤੇ ਸਾਡੇ ਕੈਨੇਡਾ ਦੇ ਵਿੱਚ ਬੜੀ ਖੁਸ਼ੀ ਦੀ ਲਹਿਰ ਆ ਸਾਰੇ ਪਾਸੇ ਵੀ, ਇਹ ਨੇਟਿਵ ਇੰਡੀਅਨ ਦੀ ਪਹਿਲੀ ਔਰਤ ਬਣੀ ਆ। ਹੁਣ ਗਵਰਨਰ ਜਨਰਲ ਆ ਜਿਹੜੀ, ਇਹ ਪ੍ਰਾਈਮ ਮਿਨਿਸਟਰ ਤੋਂ ਉੱਪਰ ਹੁੰਦੀ ਆ, ਜਿਵੇਂ ਇੰਡੀਆ ਦਾ ਰਾਸ਼ਟਰਪਤੀ। ਪਰ ਰਾਸ਼ਟਰਪਤੀ ਤੇ ਇਹਦੇ ਵਿੱਚ ਇਹ ਫਰਕ ਆ ਕਿ ਇਹਨੂੰ ਪ੍ਰਾਈਮ ਮਿਨਿਸਟਰ ਤੇ ਦੂਜੀਆਂ ਪਾਰਟੀਆਂ ਦੇ ਜਿਹੜੇ ਲੀਡਰ ਨੇ ਉਹ ਰਲ ਕੇ ਚੁਣਦੇ ਨੇ, ਤੇ ਅੱਗੇ ਇੰਗਲੈਂਡ ਦੀ ਜਿਹੜੀ ਕੁਈਨ ਆ ਐਲਿਜ਼ਬੈਥ, ਉਹ ਫਿਰ ਨੋਮੀਨੇਟ ਕਰਦੀ ਆ, ਕਿਉਂਕਿ ਇੱਥੇ ਸਾਡੇ ਮੋਨਾਰਕੀ ਸਿਸਟਮ ਆ ਨਾ। ਇਹੀ ਆ। ਹਾਂਜੀ ਹਾਂਜੀ, ਹਾਂਜੀ। ਹੁਣ ਇਹ ਗਵਰਨਰ ਜਨਰਲ ਆ ਜਿਹੜੀ, ਇਹ ਕਮਾਂਡਰ ਇਨ ਚੀਫ ਵੀ ਹੁੰਦੀ ਆ ਫੌਜ ਦੀ। ਅੱਛਾ ਜੀ। ਇਸਦੇ, ਹਾਂਜੀ, ਇਸਨੇ ਇਲੈਕਸ਼ਨ ਵੀ ਬੁਲਾਉਣੇ ਹੁੰਦੇ ਨੇ, ਪਾਰਲੀਮੈਂਟ ਦਾ ਜਦੋਂ ਸੈਸ਼ਨ ਸ਼ੁਰੂ ਹੁੰਦਾ ਉਦੋਂ ਇਹਨੇ ਸਪੀਚ ਵੀ ਦੇਣੀ ਹੁੰਦੀ ਆ, ਤੇ ਸਾਰਾ ਕੰਮ ਇਹਦਾ ਹੁੰਦਾ। ਬਹੁਤ ਵੱਡੀ ਜੌਬ ਆ ਇਹ ਜੀ। ਇਸ ਕਰਕੇ ਚਲੋ ਜੀ, ਬਹੁਤ ਬਹੁਤ ਮੁਬਾਰਕਾਂ ਹਾਂਜੀ ਕੈਨੇਡਾ ਵਾਸੀਆਂ ਨੂੰ। ਤੇ ਧੀਰ ਸਾਹਿਬ, ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਇੱਦਾਂ ਦਾ ਕੋਈ ਸੁਣਿਆ ਆਸੇ ਪਾਸੇ ਕਦੇ ਇੰਡੀਆ ਦੇ ਵਿੱਚ ਜਾਂ ਇੱਥੇ? ਮੈਂ ਸੁਣਿਆ ਕਿ ਸੀ ਇੱਥੇ ਆਂਡਿਆਲਾ ਬਾਬਾ ਦਾ, ਸਾਡੇ ਇੱਥੇ ਬ੍ਰਹਮਪੁਰ ਨਹੀਂ ਰਹਿੰਦਾ ਰਿਹਾ ਸੀ। ਹਾਂਜੀ, ਅਸੀਂ ਤਾਂ ਉਸ ਵੇਲੇ ਵੀ ਇਹਦੀ ਵਿਰੋਧਤਾ ਕਰਦੇ ਹੁੰਦੇ ਸੀ ਵੀ ਸਭ ਪਖੰਡ ਆ ਇਹ, ਤੁਸੀਂ ਨਾ ਪਿੱਛੇ ਲੱਗੋ। ਕਈ ਲੋਕ ਬਥੇਰੇ ਤੁਰੇ ਪਏ ਤੇ ਆਪਣੇ ਵੀ ਬਥੇਰੇ ਸੀ, ਔਰ ਕਈਆਂ ਨੇ ਤਾਂ $50,000 ਵੀ ਦਿੱਤਾ ਉਹਨੂੰ। ਹਾਂਜੀ ਹਾਂਜੀ, $50,000 ਵੀ ਦਿੱਤਾ ਜੀ, ਪੈਸੇ ਦਿੱਤੇ ਨੇ। ਹੁਣ ਉੱਥੇ ਇੰਗਲੈਂਡ ਦੇ ਉਹ ਆਪ ਉਹ ਯੂਪੀ ਦੇ ਵਿੱਚ ਇੰਨੀ ਜ਼ਮੀਨ ਜਾਇਦਾਦ ਬਣਾ ਕੇ ਬਹਿ ਗਿਆ, ਤੇ ਉਹ ਜਾਇਦਾਦ ਕੀ ਕਰਦੇ ਜਦ ਆਪ ਇੰਗਲੈਂਡ ਦੇ ਵਿੱਚ ਜੇਲ੍ਹ ਚ ਬੈਠਾ। ਹਾਂਜੀ ਹਾਂਜੀ ਹਾਂਜੀ, ਚਲੋ। ਇੱਕ ਰੋਸ਼ਨ ਬਾਬਾ ਵੀ ਆਇਆ ਸੀ ਇੱਥੇ, ਬਹੁਤ ਕੁਛ ਹੁੰਦਾ ਜੀ। ਹਾਂਜੀ ਹਾਂਜੀ, ਰੋਸ਼ਨ ਬਾਬਾ ਵੀ ਆਇਆ ਸੀ, ਉਹ ਵੀ ਇਹੀ ਕੁਛ ਕਰਦਾ ਰਿਹਾ। ਲੋਕਾਂ ਨੇ ਉਹਦੇ ਨਾਂ ਦੇ ਘਰ ਹੀ ਲਵਾ ਦਿੱਤੇ ਸੀ। ਹਾਂਜੀ ਹਾਂਜੀ ਹਾਂਜੀ, ਬਹੁਤ। ਔਰ ਉਹ ਦੇਖੋ, ਇਹਨਾਂ ਲੋਕਾਂ ਨੇ ਲੋਕਾਂ ਦੇ ਘਰ ਢਵਾ ਦਿੱਤੇ ਵੀ ਆਹ ਦਰਵਾਜ਼ਾ ਇੱਧਰ ਇਸ ਪਾਸੇ ਨੂੰ ਕਰੋ, ਆਹ ਸੂਰਜ ਵੱਲ ਨੂੰ ਕਰੋ, ਆਹ ਸੂਰਜ ਦੀ ਪਿੱਠ ਉੱਧਰ ਨੂੰ ਕਰੋ। ਮਾੜਾ ਕਹਿਣਾ ਲੋਕੀ ਕਿੱਡੇ ਮਾੜਾ ਹੋਲਡ ਰੱਖਿਓ। ਹਾਂਜੀ ਧੀਰ ਸਾਹਿਬ, ਇਹੋ ਜਿਹਾ ਕੁਛ ਵੀ ਹੁੰਦਾ ਰਿਹਾ ਇੱਥੇ, ਦੇਖ ਲਓ। ਹਾਂਜੀ ਹਾਂਜੀ, ਇਸ ਪਾਸੇ ਕਰੋ, ਤੁਹਾਡੀ ਰਸੋਈ ਇਸ ਪਾਸੇ ਹੋਣੀ ਚਾਹੀਦੀ ਹੈ ਵੀ ਦੱਸੋ, ਰੋਟੀਆਂ ਪਕਾਉਣੀਆਂ ਘਰਦਿਆਂ ਨੇ ਪਕਾਉਣੀਆਂ ਨੇ, ਤੁਸੀਂ ਰਸੋਈ ਦੇ ਵਿੱਚ ਇਹ ਜੇ ਵਹਿਮ ਭਰ ਕਰਦੇ ਰਹੇ। ਚਲੋ ਅੱਛਾ, ਹਾਂਜੀ, ਗੁਰੂ ਗ੍ਰੰਥ ਸਾਹਿਬ, ਦੇਖੋ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਤੇ ਇਹ ਸਾਡੇ ਗੁਰੂਆਂ ਨੇ ਤਾਂ ਵਹਿਮਾਂ ਭਰਮਾਂ ਚੋਂ ਬਹੁਤ ਜ਼ੋਰ ਲਾਇਆ ਸਾਡੀ ਕੌਮ ਨੂੰ ਕੱਢਣ ਵਾਸਤੇ। ਦੇਖੋ ਜੀ, ਗੁਰੂਆਂ ਨੇ ਵਹਿਮਾਂ ਭਰਮਾਂ ਚੋਂ ਕੱਢਣ ਲਈ ਜ਼ੋਰ ਲਾਇਆ, ਤੇ ਅਸੀਂ ਉਹਨਾਂ ਗੁਰੂਆਂ ਦੇ ਨਾਂ ਤੇ ਵਹਿਮ ਭਰਮ ਫੈਲਾਈ ਜਾਂਦੇ ਹਾਂ।
हाँ जी, और मैं तुहानू सच्ची गल दसा, मैं अमृतसरी बंदे आप देखे ने इन्हों लोगों के चक्कर च पे हुए बहुत 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 बहुत। तुम दसो इन्हों लोगों का तुम की करो, पर एक गल जगी जी, जे तुम गुरु ग्रंथ साहब दे विच भूतां प्रेतां दा जिक्र कई बार आया, जे तुसीं सुखमनी साहब दा पाठ पढ़दे हो जां सुणदे हो ना, ओहदे विच साफ लिखिया है कई कोट भूत प्रेत मृग तास, कई कोट नरके वासी, कई कोट सुरके वासी, कई कोट खंड ब्रह्मंड, कई कोट सूरज चंद आकाश जी, जी। पर यह भूत प्रेत ते जिहड़े वहम भरम ने ना, दो वखरियां वखरियां चीजां ने। पर मैं तां कोई अपनी जिंदगी च ਇੱਕ ਬਾਬਾ ਆਉਂਦਾ ਸੀ ਜੀ, ਉਹਦੇ ਕੋਲੋਂ ਠੀਕ ਕਰਾਵਾਂਗੇ ਜੀ, ਤੇ ਉਹ ਕਿਤੇ ਆਉਂਦਾ ਜਾਂਦਾ, ਉਹਨਾਂ ਦੇ ਜਿਹੜੇ ਉਹ ਪੁਰਾਣੇ ਜਿਵੇਂ ਟਰੰਕ ਟਰੁੰਕ ਰੱਖੇ ਹੁੰਦੇ ਆ ਥੱਲੇ, ਉਹਨਾਂ ਦੇ ਥੱਲੇ ਕਿਤੇ ਉਹ ਕਿੱਲ ਸੁੱਟ ਗਿਆ। ਅੱਛਾ ਜੀ, ਉਹ ਕਿੱਲ ਸੁੱਟ ਗਿਆ ਤੇ ਮੁੜ ਕੇ ਜਦੋਂ ਉਹਨਾਂ ਕਹਿਣਾ ਜੀ ਇਸ ਤਰ੍ਹਾਂ ਨੀ ਹੁੰਦਾ ਇਸ ਤਰ੍ਹਾਂ, ਉਹ ਕਹਿੰਦੇ ਵੀ ਫਲਾਣੇ ਤੁਹਾਡੇ ਲਾਗੇ ਚ ਆ ਕੇ ਤੁਹਾਡੀ ਕਿਸੇ ਨਾਲ ਅਣਬਣ ਹੈ, ਉਹ ਕਹਿੰਦੇ ਜੀ ਮਾੜੀ ਹੈਗੀ ਹੈ ਜੀ, ਉਹਦੇ ਸਾਹਮਣੇ ਇੱਕ ਚੱਕੀ ਵਾਲਾ ਬੰਦਾ ਰਹਿੰਦਾ ਸੀ, ਤੇ ਉਹ ਕਹਿੰਦਾ ਜੀ ਮੇਰੇ ਉਹਦੇ ਨਾਲ, ਕਹਿੰਦਾ ਜੀ ਉਹ ਤੁਹਾਡੇ ਘਰੇ ਉਹ ਕਿੱਲ ਸਿੱਟ ਦਿੱਤੇ ਉਹਨਾਂ ਨੇ। ਅੱਛਾ ਜੀ, ਅੱਛਾ, ਉਹ ਹੁਣ ਤੁਸੀਂ ਉਹ ਮੁੜ ਕੇ ਜੀ ਉਹਨਾਂ ਨੇ ਆਪਣਾ ਪਾਠ ਪੂਠ ਕਰਾਇਆ, ਹਵਨ ਕਰਾਇਆ, ਉਹ ਝਾੜੂ ਝੂੜੂ ਫੇਰੇ, ਇਸ ਟਰੰਕ ਥੱਲੇ ਕਰੋ ਜੀ, ਇਸ ਥੱਲੇ ਕਰੋ, ਉਹ ਕਰਕੇ ਕਿੱਲ ਉੱਥੋਂ ਨਿਕਲ ਆਏ। ਅੱਛਾ ਜੀ, ਸੋ ਉਹ ਵਹਿਮ ਸੀ, ਉਹ ਠੀਕ ਠਾਕ ਚ ਨੀ ਹੋਏ, ਮੁੜ ਕੇ ਉਹਨਾਂ ਨੇ ਮੁੰਡੇ ਦਾ ਆਪਣਾ ਦਵਾਈ ਪਾਣੀ ਕੀਤਾ। ਡਾਕਟਰ ਸਾਹਿਬ ਇਹ ਵੀ ਜਿਵੇਂ ਕਰਦੇ ਨੇ ਤਰਕਸ਼ੀਲ ਵਾਲੇ ਵੀ, ਇਹ ਵੀ ਇੱਦਾਂ ਮਤਲਬ ਕਰਦੇ ਤਾਂ ਉਹਨਾਂ ਨੂੰ ਟ੍ਰਿਕ ਵੀ ਦਿਖਾਉਂਦੇ ਨੇ ਬਕਾਇਦਾ, ਤਾਂ ਕਿ ਅਗਲੇ ਦਾ ਵਿਸ਼ਵਾਸ ਬਣੇ। ਹਾਂ, ਬਾਕੀ ਜਿਹੜੀ ਇਹਨਾਂ ਨੇ ਬਾਪ ਜੀ ਨੇ ਉਹ ਗੱਲ ਦੱਸੀ ਸੀ ਨਾ, ਹਾਂਜੀ, ਆਂਡੇ ਵਾਲੀ ਮੁਰਗੀ ਦੇ ਆਂਡੇ ਜਿਹੜੀ ਉਹ ਲਿਖ ਕੇ ਕਾਗਜ਼ ਪਾ ਦਿੰਦੇ, ਹਾਂਜੀ ਹਾਂਜੀ, ਉਹ ਵੈਸੇ ਆਂਡਾ ਉਹਨੂੰ ਤੋੜਨ ਦੀ ਲੋੜ ਨਹੀਂ ਹੈ। ਅੱਛਾ, ਉਹ ਇੱਕ ਬਹੁਤ ਸਿੰਪਲ ਜਿਹਾ ਪ੍ਰੋਸੀਜਰ ਹੈ, ਜੇ ਉਹ ਕਿਤੋਂ ਕੋਈ ਸਿੱਖ ਲਵੇ ਜੀ, ਉਹ ਕੁਕੜੀ ਦੇ ਖੰਭਾਂ ਦੇ ਥੱਲੇ ਜਿਹੜੀ ਫੀਮ ਹੈ, ਹਾਂਜੀ, ਉਹਦੇ ਇੱਕ ਪਾਸੇ ਮਾੜਾ ਕੋਦੇ ਨਾ ਮਾਸ ਚ ਕੱਟ ਲਾ ਦਿੰਦੇ ਆ। ਅੱਛਾ ਜੀ, ਤੇ ਉਹ ਉਹਨਾਂ ਨੂੰ ਉਹ ਜਿਹੜੀ ਟਿਊਬ ਆ ਜਿੱਥੇ ਆਂਡਾ ਬਣਦਾ ਉਹ ਐਕਸਪੋਜ਼ ਹੋ ਜਾਂਦੀ ਹੈ। ਅੱਛਾ ਜੀ, ਉਹਦੇ ਵਿੱਚ ਜੇ ਤੁਸੀਂ ਉਹ ਇੱਕ ਪਰਚੀ ਲਿਖ ਦੋ, ਜਿਵੇਂ ਮੈਂ ਤੁਹਾਨੂੰ ਲਿਖ ਦਿਆਂ ਹੈਪੀ ਬਰਥਡੇ, ਤੁਸੀਂ ਉਹ ਛੋਟੀ ਜਿਹੀ ਪਰਚੀ ਪਾ ਲਓ, ਉਹ ਜਿਹੜਾ ਅਗਲੇ ਦਿਨ ਆਂਡਾ ਹੋਣਾ ਬਣ ਕੇ, ਹਾਂਜੀ, ਉਹਦੇ ਵਿੱਚ ਵਾਈਟ ਸਕਰੀਟ ਹੋ ਜਾਂਦੀ ਹੈ, ਉਹਦੇ ਉੱਤੇ ਸ਼ੈਲ ਬਣ ਜਾਂਦਾ, ਉਹ ਪਰਚੀ ਐਵੇਂ ਆ ਜਾਂਦੀ ਹੈ। ਵਾਹ ਜੀ ਵਾਹ ਵਾਹ ਜੀ, ਚਲੋ, ਬਾਕੀ ਮੈਂ ਤੀਜੀ ਗੱਲ ਇਹ ਕਰ ਰਹੀ ਹਾਂ ਜੀ, ਇੱਕ ਛੋਟੀ ਜੀ ਜੀ ਡਾਕਟਰ ਸਾਹਿਬ, ਬਈ ਆਪਾਂ ਉੱਥੇ ਸਿੱਖਾਂ ਦਾ ਧਰਤੀ ਹੈ ਪੰਜਾਬ ਖਾਸ, ਹਾਂਜੀ, ਸਾਡੀ ਤਾਂ ਬਾਣੀ ਨੇ ਗੁਰੂਆਂ ਨੇ ਇਹਨਾਂ ਵਹਿਮਾਂ ਭਰਮਾਂ ਚੋਂ ਸਾਨੂੰ ਕੱਢਿਆ ਜੀ। ਹੁਣ ਅੱਜ ਕੱਲ੍ਹ ਕਈ ਅੰਮ੍ਰਿਤਧਾਰੀ ਲੋਕ ਜਿਹੜੇ ਹੈ ਉਹ ਪੁੱਛਣਾ ਦੇ ਰਹੇ ਕਿੱਡੀ ਮਾੜੀ ਗੱਲ ਹੈ, ਫਿਰ ਕਹਿੰਦੇ ਆ ਜੀ ਇਹ ਆਪਣਾ ਢੰਡੀਆਂ ਵਾਲਾ ਮਾੜਾ, ਉਹ ਇਹੀ ਕਹਿੰਦਾ ਉਹਨਾਂ ਨੂੰ ਕਿਉਂ ਇਹਨਾਂ ਵਹਿਮਾਂ ਚ ਫਸੇ ਦੇ, ਬਲਾਈਂਡ ਫੇਥ ਮਤ ਕਰੋ। ਬਿਲਕੁਲ, ਥੈਂਕ ਯੂ ਜੀ, ਬਿਲਕੁਲ, ਬਹੁਤ ਮਿਹਰਬਾਨੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਉੱਥੇ ਨਾ ਤੇ ਭੂਤਾਂ ਵਾਲਾ ਖੂਹ ਕਹਿੰਦੇ ਆ, ਅਗੇ ਕਿਸੇ ਪਾਸੇ ਬੁੜੀ ਨੇ ਫਿਰ ਚੱਕੀ ਚੋਰੀ ਦੇ ਤਲਕ, ਚੱਲ ਉੱਥੇ ਭੂਤਾਂ ਭੱਜ ਗਏ ਤੇ ਖੂਹ ਗੁਰਦੁਆਰਾ ਰਹਿ ਗਿਆ, ਹੁਣ ਉੱਥੇ ਗੁਰਦੁਆਰਾ ਬਣ ਗਿਆ। ਹੈਲੋ, ਅੱਛਾ ਜੀ, ਭਾਈ ਭਗਤਾ ਨਹੀਂ, ਜ਼ਰੂਰ ਜ਼ਰੂਰ ਕੋਸ਼ਿਸ਼ ਕਰ ਦੱਸਦੀ ਆ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਅੱਛਾ ਬਾਬੂ ਜੀ, ਇਹ ਵੈਸੇ ਜਿਵੇਂ ਡਾਕਟਰ ਸਾਹਿਬ ਹੈਗੇ ਨੇ ਸ਼ਿਕਾਗੋ ਜਿਹਨਾਂ ਨਾਲ ਗੱਲ ਕੀਤੀ ਸੀ, ਉਹ ਵੀ ਸਾਰੇ ਮਤਲਬ ਪੜ੍ਹੇ ਲਿਖੇ ਨੇ ਪੂਰੇ, ਪਰ ਫਿਰ ਵੀ ਅਸੀਂ ਦੇਖੀਏ ਕਿਤੇ ਨਾ ਕਿਤੇ ਇਹ ਚੀਜ਼ ਹੈਗੀ ਆ ਕਿ ਕੋਈ ਨਾ ਕੋਈ ਦਿਮਾਗ ਦੇ ਵਿੱਚ ਗੱਲ ਜਿਹੜੀ ਬਹਿ ਜਾਂਦੀ ਉਹਨੂੰ ਕੱਢਣਾ ਔਖਾ ਹੋ ਜਾਂਦਾ। ਤੁਸੀਂ ਜਦੋਂ ਕਿਸੇ ਦੇ ਦਿਮਾਗ 'ਚੋਂ ਇਹ ਚੀਜ਼ਾਂ ਕੱਢਦੇ ਹੋ ਤਾਂ ਕਿਸ ਕਿਸ ਤਰ੍ਹਾਂ ਦੇ ਟ੍ਰਿਕ ਤੁਹਾਨੂੰ ਵਰਤਣੇ ਪੈਂਦੇ ਆ?
ਸਭ ਤੋਂ ਪਹਿਲਾਂ ਤਾਂ ਸਾਨੂੰ ਕੇਸ ਵੇਖਣਾ ਪੈਂਦਾ ਕਿ ਕੇਸ ਜਿਹੜਾ ਉਹ ਪਰਿਵਾਰ ਦੇ ਵਿੱਚ ਕਿਹਦੇ ਉੱਪਰ ਆ ਜੀ। ਫਿਰ ਸਾਰੇ ਪਰਿਵਾਰ ਦੀ ਪਹਿਲਾਂ ਇਕੱਠਿਆਂ ਦੀ ਇੰਟਰਵਿਊ ਕੀਤੀ ਜਾਂਦੀ ਹੈ। ਅੱਛਾ ਜੀ। ਵੀ ਉਸ ਜਦੋਂ ਇਹ ਚੀਜ਼ ਹੁੰਦੀ ਆ ਉਦੋਂ ਕੌਣ ਕੌਣ ਉੱਥੇ ਹੁੰਦਾ, ਫਿਰ ਸਾਰਿਆਂ ਦੀਆਂ ਗੱਲਾਂ ਸੁਣ ਕੇ ਫਿਰ ਇਕੱਲੇ ਇਕੱਲੇ ਬੰਦੇ ਦੀ ਜਿਹੜੀ ਹੈ ਨਾ ਉਹ ਇੰਟਰਵਿਊ ਕੀਤੀ ਜਾਂਦੀ ਆ। ਜਦੋਂ ਇਕੱਲੇ ਇਕੱਲੇ ਬੰਦੇ ਦੀ ਕਈ ਵਾਰ ਇੱਕ ਵਾਰਾਂ ਦੇ ਵਿੱਚ ਪਤਾ ਲੱਗ ਜਾਂਦਾ, ਕਈ ਵਾਰ ਦੂਜੀ ਵਾਰਾਂ 'ਚ ਪਤਾ ਲੱਗ ਜਾਂਦਾ। ਅੱਛਾ। ਵੀ ਕਿਹੜਾ ਬੰਦਾ ਕਰ ਰਿਹਾ, ਘਰ ਦਾ ਹੀ ਮੈਂਬਰ ਹੁੰਦਾ ਵਾ ਅਤੇ ਜਿਹੜਾ ਇਹ ਸਾਰਾ ਕੁਛ ਕਰਦਾ, ਜੀਂਦਾ ਜਾਗਦਾ, ਜਿਹੜਾ ਅੱਗਾਂ ਲਾਉਂਦਾ ਜਾਂ ਜੋ ਵੀ ਮਤਲਬ ਸੂਈਆਂ ਸੁੱਟਦਾ ਜਾਂ ਖੂਨ ਦੇ ਛਿੱਟੇ, ਸਾਰਾ ਘਰ ਦਾ ਮੈਂਬਰ ਹੀ ਹੁੰਦਾ, ਕੋਈ ਬਾਹਰੋਂ ਨਹੀਂ ਆਉਂਦਾ। ਅਤੇ ਉਹ ਸਾਰੀ ਇੰਟਰਵਿਊ ਦੇ ਵਿੱਚ ਗੱਲਬਾਤ ਦੇ ਵਿੱਚ ਹੀ ਪਤਾ ਲੱਗਦਾ। ਫਿਰ ਉਸ ਬੰਦੇ ਨੂੰ ਜਦੋਂ ਪੁੱਛਣਾ ਵਾ ਵੀ ਤੂੰ ਇਹ ਕਿਉਂ ਕੀਤਾ, ਉਹਨੇ ਪਹਿਲਾਂ ਤਾਂ ਤੁਹਾਨੂੰ ਸੱਚ ਨਹੀਂ ਦੱਸਣਾ ਵੀ ਨਹੀਂ ਨਹੀਂ ਮੈਂ ਨਹੀਂ ਕੀਤਾ, ਮੈਂ ਨਹੀਂ ਕੀਤਾ। ਫਿਰ ਉਹਨੂੰ ਟ੍ਰਿਕ ਕਰਕੇ ਦਿਖਾਈਦਾ, ਜਿਵੇਂ ਛੋਟੇ ਮੋਟੇ ਹੁੰਦੇ ਆ ਇੱਕ ਟ੍ਰਿਕ ਹੁੰਦੇ ਆ ਵੀ ਕੋਈ ਸਿੱਕਾ ਦੇ ਦਿੱਤਾ ਉਹਨੂੰ ਅਤੇ ਉਹਨੂੰ ਕਿਹਾ ਵੀ ਜਾ ਪਾਣੀ ਦੇ ਨਾਲ ਧੋ ਕੇ ਲਿਆ, ਇਹਨੂੰ ਠੰਡੇ ਪਾਣੀ ਦੇ ਨਾਲ। ਜਦੋਂ ਧੋ ਕੇ ਲਿਆਉਂਦੀ ਆ, ਮਤਲਬ ਉਹ ਕਹਿਣਾ ਵੀ ਇਹਨੂੰ ਸੁੱਚਾ ਕਰਕੇ ਲਿਆ, ਸੁੱਚਾ ਕਰਕੇ ਠੰਡੇ ਪਾਣੀ ਨਾਲ ਧੋ ਕੇ ਲਿਆ। ਜਦੋਂ ਧੋ ਕੇ ਲਿਆਉਣਾ ਵਾ ਉਹਦੇ ਰੱਖ ਕੇ ਫੂਕਾਂ ਫਾਕਾਂ ਮਾਰ ਕੇ ਉਹਦੇ ਮੁੱਠ ਦੇ ਵਿੱਚ ਦੇ ਦੇਣਾ ਵਾ, ਉਹ 30-40 ਸੈਕਿੰਡ ਦੇ ਵਿੱਚ ਗਰਮ ਹੋ ਜਾਂਦਾ। ਫਿਰ ਉਹ 'ਚ ਜੇ 1 ਮਿੰਟ ਦੇ ਵਿੱਚ, 1.25 ਮਿੰਟ, 1.5 ਮਿੰਟ ਦੇ ਵਿੱਚ ਉਹਦੇ 'ਚ ਮਤਲਬ ਇੰਨੀ ਸਾਰੀ ਸਵਾਹ ਆ ਜਾਂਦੀ ਮੁੱਠ ਦੇ ਵਿੱਚ, ਉਹਨੂੰ ਫਿਰ ਇਹ ਹੈਰਾਨੀ ਹੋ ਜਾਂਦੀ ਵੀ ਮੈਂ ਧੋ ਕੇ ਲੈ ਕੇ ਆਇਆ ਠੰਡੇ ਪਾਣੀ ਨਾਲ, ਇਹ ਕੀ ਹੋ ਗਿਆ। ਉਹ ਫਿਰ ਮਤਲਬ ਉਹਨੂੰ ਪਤਾ ਲੱਗਦਾ ਵੀ ਇਹਨਾਂ ਦੇ ਕੋਲ ਕੋਈ ਸ਼ਕਤੀ ਆ, ਫਿਰ ਉਹ ਸੱਚ ਦੱਸਦਾ। ਜਦੋਂ ਸੱਚ ਦੱਸਦਾ ਫਿਰ ਉਹਦੀ ਬਿਮਾਰੀ ਦਾ ਪਤਾ ਲੱਗਦਾ ਵੀ ਇਹਦੀ ਆਹ ਬਿਮਾਰੀ ਆ। ਫਿਰ ਉਹਨੂੰ ਸਾਰਾ ਹੀ ਆਪਣੇ ਪ੍ਰਭਾਵ ਦੇ ਵਿੱਚ ਲਿਆ ਕੇ, ਵਿਸ਼ਵਾਸ ਦੇ ਵਿੱਚ ਲਿਆ ਕੇ ਉਹਨੂੰ ਕਹੀਦਾ ਵਾ ਵੀ ਤੇਰੀ ਕਿਸੇ ਵੀ ਗੱਲਬਾਤ ਦਾ ਕੋਈ ਵੀ ਜ਼ਿਕਰ ਨਹੀਂ ਕਰਾਂਗੇ ਤੇਰੇ ਪਰਿਵਾਰ ਦੇ ਕੋਲ, ਅਤੇ ਤੈਨੂੰ ਸਾਰੀਆਂ ਇਹ ਚੀਜ਼ਾਂ ਮਿਲਣਗੀਆਂ ਜੋ ਤੈਨੂੰ ਚੀਜ਼ਾਂ ਚਾਹੀਦੀਆਂ, ਪਰ ਤੂੰ ਅੱਜ ਤੋਂ ਬਾਅਦ ਇਹ ਕੋਈ ਵੀ ਇਹੋ ਜਿਹਾ ਕੰਮ ਨਹੀਂ ਕਰੇਂਗੇ, ਸਾਨੂੰ ਲਿਖ ਕੇ ਦੇ, ਉਹਦੇ ਕੋਲ ਲਿਖਾ ਲਈਦਾ। ਅਤੇ ਪਰਿਵਾਰ ਨੂੰ ਇਹ ਨਹੀਂ ਪਤਾ ਲੱਗਣ ਦੇਈਦਾ, ਸਾਰੇ ਪਰਿਵਾਰ ਨੂੰ ਅੱਡ ਅੱਡ ਸਾਰਿਆਂ ਨੂੰ ਹੀ ਡਾਇਰੈਕਸ਼ਨਾਂ ਦੇਈਦੀਆਂ, ਕਿਸੇ ਨੂੰ ਕੋਈ ਸ਼ੱਕ ਵੀ ਨਹੀਂ ਹੋਣ ਦੇਈਦਾ ਵੀ ਕਿਹੜੇ ਮੈਂਬਰ ਨੇ ਕੀਤਾ ਸੀ, ਪਰ ਉਸ ਤੋਂ ਬਾਅਦ ਫਿਰ ਮਤਲਬ ਸਹੀ ਹੋ ਜਾਂਦਾ ਮੁੜ ਕੇ ਸਾਰਾ। ਜਿਹੜੇ ਆਹ ਜਾਂਦੇ ਆ ਬਾਬਿਆਂ ਦੇ ਕੋਲ, ਜਿਹੜੇ ਚਿਮਟਿਆਂ ਦੇ ਨਾਲ ਕਰਦੇ ਆ ਜਾਂ ਮੁਰਗੇ ਮੰਗਦੇ ਆ, ਉਹਨਾਂ ਕੋਲ ਇਹੋ ਜਿਹਾ ਕੋਈ ਇਲਾਜ ਨਹੀਂ ਗਾ। ਉਹਨਾਂ ਨੇ ਵੀ ਆ ਮਤਲਬ ਟ੍ਰਿਕ ਸਿੱਖੇ ਹੋਏ ਆ, ਜਿਹੜੇ ਉਹ ਤੁਹਾਨੂੰ ਕਰਕੇ ਵਿਖਾਉਂਦੇ ਆ, ਕਦੇ ਉਹ ਸਵਾਸ ਕੱਢ ਕੇ ਵਿਖਾਉਂਦੇ ਆ, ਜਿੱਦਾਂ ਉਹ ਵਿਖਾਉਂਦਾ ਦਾ ਇੱਕ ਸਵਾਮੀ ਜਿਹੜਾ ਉੱਧਰ ਸਾਊਥ ਵੱਲ ਜਾਂਦਾ ਸੀਗਾ, ਉਹਦੇ ਬਰਾਬਰ 'ਤੇ ਬਹਿ ਕੇ ਸਾਡਾ ਤਰਕਸ਼ੀਲ ਉਹ ਚੇ ਜਿੱਦ ਉਹ ਇੱਕ ਚੀਨੀ ਕੱਢ ਕੇ ਵਿਖਾਉਂਦਾ ਸੀ, ਉਹ ਸਾਡਾ ਤਰਕਸ਼ੀਲ ਦੋ ਦੋ ਚੀਨੀਆਂ ਕੱਢ ਕੇ ਵਿਖਾਉਂਦਾ ਸੀ। ਅੱਛਾ। ਤੂੰ ਉਹ ਵੀ ਸੀਗਾ, ਉਹਨੇ ਐਂ ਕਰਕੇ ਚੈਨੀ ਕੱਢ ਕੇ ਦੇਣੀ, ਸੇਵ ਆ ਗਿਆ ਹਵਾ ਦੇ ਵਿੱਚ। ਫਿਰ ਵੀ ਦੇਖ ਲਓ ਵੀ ਉਹ ਬੰਦਾ ਮਤਲਬ 40,000 ਕਰੋੜ ਕੇ ਇਸ ਤੋਂ ਵੀ ਜ਼ਿਆਦਾ ਪ੍ਰੋਪਰਟੀ ਰੱਖ ਕੇ ਬੈਠਾ ਸੀ। ਪਰ ਮਤਲਬ ਇਹ ਵੀ ਸਾਨੂੰ ਅਸੀਂ ਸਿਆਣੇ ਹੋਣਾ ਵਾ। ਚਲੋ ਆਪਾਂ ਨੂੰ ਬ੍ਰੇਕ ਲੈਣੀ ਪੈ ਗਈ ਜੀ, ਇੱਕ ਬ੍ਰੇਕ ਤੋਂ ਬਾਅਦ ਫਿਰ ਇੱਕ ਬ੍ਰੇਕ, ਲਾਸਟ ਬ੍ਰੇਕ ਹੈ, ਬ੍ਰੇਕ ਤੋਂ ਬਾਅਦ ਵੀ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ ਜੀ। ਥੋੜ੍ਹਾ ਜਿਹਾ ਸਮਾਂ ਹੈਗਾ, ਫਟਾਫਟ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਬਾਬ ਖੈਰਾ ਸਾਹਿਬ ਕੋਲੋਂ ਹੋਰ ਗੱਲਬਾਤ। ਅੱਛਾ, ਇਹ ਸਾਰਾ ਕੁਛ ਹੈਗਾ ਸੀ, ਇੱਕ ਛਲੇਡਾ ਸੁਣਦੇ ਹੁੰਦੇ ਸੀ ਆਪਾਂ, ਛਲੇਡੇ ਬਾਰੇ ਤੁਹਾਡੇ ਕੀ ਵਿਚਾਰ ਨੇ? ਛਲੇਡਾ ਹੁੰਦਾ ਸੀ ਕੋਈ ਚੀਜ਼ ਜਿਹੜਾ ਕਦੇ ਵੀ ਰੂਪ ਚੇਂਜ ਕਰ ਲੈਂਦਾ? ਕੋਈ ਇਹੋ ਜਿਹੀ ਚੀਜ਼ ਨਹੀਂ ਅੱਜ ਤੱਕ ਦੀ ਸਾਹਮਣੇ ਆਈ। ਤੁਹਾਨੂੰ ਦੱਸਿਆ ਜੇ ਕੋਈ ਉਹਨਾਂ ਨੂੰ ਇਹ ਵੀ ਸਾਰਿਆਂ ਨੂੰ ਚੈਲੰਜ ਕੀਤਾ ਵੀ ਕੋਈ ਵੀ ਚੀਜ਼ ਇਹੋ ਜਿਹੀ ਤੁਹਾਨੂੰ ਨਜ਼ਰ ਆਉਂਦੀ ਆ ਸਾਨੂੰ ਦਿਖਾਓ, ਅਸੀਂ ਉਹਦਾ ਹੱਲ ਕਰਾਂਗੇ, ਕੋਈ ਇਹੋ ਜਿਹੀ ਚੀਜ਼ ਨਹੀਂ ਹੈਗੀ। ਇਹ ਸਾਰਾ ਤੁਹਾਨੂੰ ਵਹਿਮ ਜਿਹੜੇ ਦੱਸੇ ਗਏ ਆ, ਤੁਹਾਨੂੰ ਦੱਸਿਆ ਨਾ ਪਿੰਡਾਂ ਦੇ ਵਿੱਚ ਸੱਥਾਂ 'ਚ, ਵਿਆਹਾਂ 'ਚ, ਜਿੱਥੇ ਕਿਤੇ ਇਕੱਠੇ ਹੁੰਦੇ ਆ ਇਹੋ ਜਿਹੀਆਂ ਗੱਲਾਂ ਛਿੜ ਪੈਂਦੀਆਂ। ਕਈ ਵਾਰ ਤੁਸੀਂ ਕਿਸੇ ਮਰਗ 'ਤੇ ਗਏ ਹੁੰਦੇ ਜੇ, ਉੱਥੇ ਸੰਸਕਾਰ ਹੋ ਰਿਹਾ ਹੁੰਦਾ, ਬਾਹਰ ਲੋਕ ਗੱਲਾਂ ਕਰਨਾ ਪੈਂਦੇ ਆ, ਇੱਦਾਂ ਹੋ ਗਿਆ, ਇੱਦਾਂ ਹੋ ਗਿਆ, ਉਹ ਲੜੀ ਉੱਧਰ ਤੁਰ ਪੈਂਦੀ ਆ, ਅਤੇ ਇਹਦਾ ਕੋਈ ਆਧਾਰ ਨਹੀਂ ਗਾ। ਮੈਂ ਤਾਂ ਸਾਰੇ ਪੰਜਾਬੀਆਂ ਨੂੰ ਇਹੀ ਬੇਨਤੀ ਕਰਦਾ ਵੀ ਇੱਕ ਹੀ ਜ਼ਿੰਦਗੀ ਆ, ਇਹਨੂੰ ਖੁੱਲ੍ਹ ਕੇ ਜੀਓ, ਇਹਦਾ ਇੱਕ ਇੱਕ ਪਲ ਮਾਣੋ, ਇਹਨਾਂ ਚੱਕਰਾਂ 'ਚ ਨਾ ਪਾਓ। ਜੇ ਤੁਹਾਨੂੰ ਕੋਈ ਇਹੋ ਜਿਹੀ ਪ੍ਰੋਬਲਮ ਲੱਗਦੀ ਆ, ਬਾਬਿਆਂ ਦੇ ਕੋਲ ਨਾ ਜਾਓ। ਤਰਕਸ਼ੀਲ ਜਿਹੜੇ ਆ ਤੁਹਾਡੀ ਸੇਵਾ ਵਾਸਤੇ ਨੇ, ਤੁਹਾਡੇ ਵਾਸਤੇ ਉਹ ਕੰਮ ਕਰਦੇ ਨੇ, ਉਹ ਵਹਿਮਾਂ 'ਚੋਂ ਕੱਢਦੇ ਨੇ ਤੁਹਾਨੂੰ ਜੀ। ਇਸ ਕਰਕੇ ਤੁਸੀਂ ਮਤਲਬ ਬਾਬਿਆਂ ਕੋਲ ਆਪਣੇ ਪੈਸੇ ਨਾ ਜਾ ਕੇ, ਤਾਂ ਜਿਹੜੀ ਤੁਸੀਂ ਇੰਨੀ ਵਧੀਆ ਕਮਾਈ ਕਰਦੇ ਜੇ, ਇੰਨੀ ਮਿਹਨਤ, ਸਖਤ ਮਿਹਨਤ ਕਰਦੇ ਜੇ, ਉਹ ਬਾਬਿਆਂ ਕੋਲ ਨਾ ਲਟਾਓ, ਉੱਥੋਂ ਤੁਹਾਨੂੰ ਕੁਛ ਨਹੀਂ ਮਿਲਣਾ। ਅਤੇ ਤਰਕਸ਼ੀਲਾਂ ਦੀ ਜਿਹੜੀ ਆ ਉਹ ਹੈਲਪ ਲਿਆ ਕਰੋ, ਅਤੇ ਆਪਣਾ ਜਿਹੜਾ ਸੁਖੀ ਪਰਿਵਾਰ ਅਤੇ ਸੁਖੀ ਜੀਵਨ ਜਿਹੜਾ ਉਹਨੂੰ ਬਤੀਤ ਕਰੋ। ਮੈਂ ਤਾਂ ਇਹੀ ਕਹਾਂਗਾ, ਇੱਥੇ ਵੀ ਜਿਹਨੂੰ ਕਿਸੇ ਨੂੰ ਮੇਰੀ ਲੋੜ ਆ, ਮੈਂ ਤੁਸੀਂ ਫੋਨ ਕਰੋ, ਜੇ ਮੇਰੀ ਰੇਂਜ ਦੇ ਵਿੱਚ ਆ ਮੈਂ ਉੱਥੇ ਜਾ ਕੇ ਤੁਹਾਡਾ ਫ੍ਰੀ ਜਿਹੜਾ ਵਾ ਤੁਹਾਡੀ ਹੈਲਪ ਕਰੂੰਗਾ, ਅਤੇ ਤੁਹਾਨੂੰ ਇਹਨਾਂ ਵਹਿਮਾਂ ਭਰਮਾਂ 'ਚੋਂ ਕੱਢ ਕੇ ਆਊਂਗਾ। ਆਹ ਕਈ ਕੇਸ ਹੋਏ ਇੱਥੇ, ਜਦੋਂ ਪਹਿਲਾਂ ਤੁਸੀਂ ਸੈਕਰਾਮੈਂਟੋ ਵੀ ਆਏ ਸੀਗੇ, ਮੇਰੇ ਮਿਸ਼ੀਗਨ ਤੋਂ ਸੈਕਰਾਮੈਂਟੋ ਆਏ ਸੀਗੇ, ਅਤੇ ਫਿਰ ਕੈਨੇਡਾ ਵੀ ਗਏ, ਪਾਕਿਸਤਾਨ ਵੀ ਤੁਸੀਂ ਵਾਸੇ ਗਏ ਸੀ, ਤਾਂ ਉੱਥੇ ਵੀ ਇੱਕ ਦੋ ਇੱਦਾਂ ਠੀਕ ਕੀਤੇ ਨੇ। ਸੋ ਇਹ ਹੁੰਦਾ ਇੱਦਾਂ, ਆਮ ਤੌਰ 'ਤੇ ਹੁੰਦਾ ਇੱਦਾਂ ਕਿ ਜੀ 2 ਸਾਲ ਹੋ ਗਏ ਪਾਸ ਨਹੀਂ ਹੁੰਦਾ ਜੀ ਬੱਚਾ, ਇੱਥੇ ਕਿਸੇ ਦਾ ਸਾਇਆ 10ਵੀਂ 'ਚੋਂ ਪਾਸ ਨਹੀਂ ਹੁੰਦਾ, ਇੱਥੇ ਕੋਈ ਨਾ ਕੋਈ ਹੈਗੇ, 3 ਸਾਲ ਹੋ ਗਏ ਆ, ਉਹ ਫਿਰ ਚੱਕਰਾਂ 'ਚ ਪੈ ਜਾਂਦੇ ਆ। ਅਸਲ ਦੇ ਵਿੱਚ ਸਾਨੂੰ ਦੁੱਖ ਹੈਗੇ ਨੇ ਬਹੁਤ,
ਜਦੋਂ ਬੰਦਾ ਦੁਖੀ ਹੁੰਦਾ ਉਦੋਂ ਸਿਰਫ ਇਸੇ ਚੱਕਰ ਦੇ ਵਿੱਚ ਹੀ ਜਾ ਆਉਂਦਾ 20-30 ਜਗ੍ਹਾ ਕਿ ਚਲੋ ਯਾਰ ਦੇਖ ਲੈਂਦੇ ਹਾਂ ਸ਼ਾਇਦ ਫਰਕ ਪੈ ਜੇ। ਦੁੱਖ ਦੇ ਵਿੱਚ ਇਹ ਹੁੰਦਾ ਕਿ ਬੰਦੇ ਜਿਹੜਾ ਵਾ ਉਹ ਦੁੱਖ ਜਿਹੜਾ ਉਹ ਹਾਵੀ ਹੋ ਜਾਂਦਾ ਉਹਦੇ ਦਿਮਾਗ ਦੇ ਉੱਤੇ ਅਤੇ ਉਹਨੂੰ ਫਿਰ ਜਿਹੜੀ ਸੋਚ ਹੈ ਉਹ ਘੱਟ ਜਾਂਦੀ ਹੈ। ਪਰ ਆਲੇ ਦੁਆਲੇ ਵਾਲੇ ਜਿਹੜੇ ਲੋਕ ਹੁੰਦੇ ਨੇ ਗੁਲਾਮ ਸੋਚ ਵਾਲੇ ਜਿਹੜੇ ਇਹੋ ਜਿਹੀਆਂ ਚੀਜ਼ਾਂ ਤੋਂ ਡਰਦੇ ਹੁੰਦੇ ਨੇ ਉਹ ਹੋਰ ਡਰ ਪਾਉਂਦੇ ਨੇ ਉਹਦੇ ਦਿਮਾਗ 'ਤੇ, ਉਹਨੂੰ ਸੋਚਣ ਵਾਲੇ ਧਿਆਨ ਨਹੀਂ ਦਿੰਦੇ ਵੀ ਇਹ ਜਿਹੜੀ ਚੀਜ਼ ਹੈ ਕਿਉਂ, ਜੇ ਹੁਣ ਬੱਚਾ ਫੇਲ ਹੋਈ ਜਾਂਦਾ ਉਹ ਕਿਉਂ ਹੁੰਦਾ, ਠੀਕ ਹੈ, ਉਹਨੂੰ ਕਿਹੜਾ ਡਰ ਆ ਜਾਂ ਉਹਦੇ ਖਾਨੇ 'ਚ ਕਿਉਂ ਨਹੀਂ ਕੋਈ ਗੱਲ ਪੈਂਦੀ, ਉਹਨੂੰ ਸਮਝਣ ਦੀ ਮਤਲਬ ਜ਼ਰੂਰਤ ਹੈ ਸਾਨੂੰ। ਅਸੀਂ ਉਹ ਨਹੀਂ ਸਮਝਦੇ ਜਿੱਥੋਂ ਸਾਨੂੰ ਮੁੜ ਕੇ ਘਰ ਵੀ ਬਰਬਾਦ ਹੋ ਜਾਂਦਾ ਵਾ, ਪੈਸਾ ਵੀ ਸਾਰਾ ਚਲੇ ਜਾਂਦਾ ਵਾ, ਕੰਮ ਕਾਰ ਵੀ ਚਲੇ ਜਾਂਦਾ ਵਾ, ਫਿਰ ਇਹ ਲੰਮੀਆਂ ਕਹਾਣੀਆਂ ਚਲੇ ਜਾਂਦੀਆਂ ਨੇ, ਬੜਾ ਕੁਛ ਹੋ ਜਾਂਦਾ ਜੀ। ਹਾਂਜੀ ਹਾਂ, ਚਲੋ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਅੱਜ ਸਟੂਡੀਓ ਦੇ ਵਿੱਚ ਆਏ, ਕੈਲੀਫੋਰਨੀਆ ਆਏ ਸੀ, ਸਟੂਡੀਓ 'ਚ ਆ ਗਏ, ਬਹੁਤ ਵਧੀਆ ਗੱਲਾਂ ਹੋਈਆਂ। ਅਤੇ ਸਾਡੇ ਜਿਹੜੇ ਘਰਾਂ ਵਿੱਚ ਬੈਠੇ ਦਰਸ਼ਕ ਉਹਨਾਂ ਨੂੰ ਇੱਕ ਵਾਰ ਫਿਰ ਦੱਸ ਦਿਓ ਵੀ ਕਿਤੇ ਕੋਈ ਲੱਗਦਾ ਕਿਸੇ ਦੋਸਤ ਮਿੱਤਰ ਦੇ, ਰਿਸ਼ਤੇਦਾਰ ਦੇ, ਭੈਣ ਭਰਾ ਦੇ, ਕੋਈ ਵੀ ਕਿਤੇ ਵੀ ਇੱਦਾਂ ਦੀ ਪ੍ਰੋਬਲਮ ਲੱਗਦੀ ਹੈ ਕਿ ਉਹਨੂੰ ਹੈ, ਉਹਨੂੰ ਭੂਤ ਦਿਸਦੇ ਆ, ਉਹਨੂੰ ਕੁਛ ਹੁੰਦਾ, ਤਾਂ ਜ਼ਰੂਰ ਮੇਰੇ ਕੋਲ ਨੰਬਰ ਲੈ ਸਕਦੇ ਹੋ ਇਹਨਾਂ ਦਾ, ਬੋਬ ਸਾਹਿਬ ਦਾ, ਈਮੇਲ ਕਰ ਸਕਦੇ ਹੋ ਮੈਨੂੰ jaggi@justbroadcasting.com ਜਾਂ ਫਿਰ info@justbroadcasting.com। ਇਸ ਤੋਂ ਇਲਾਵਾ ਫੇਸਬੁੱਕ, ਟਵਿੱਟਰ ਆ ਮੇਰਾ, ਵਟਸਐਪ ਨੰਬਰ ਨਾਲ ਸੈੱਲ ਨੰਬਰ 209-450-33 ਵਟ ਕਿਤੇ ਵੀ ਸੰਪਰਕ ਕਰ ਸਕਦੇ ਹੋ। ਅਖੀਰ ਦੇ ਵਿੱਚ ਧੰਨਵਾਦ ਕਰਦੇ ਹਾਂ ਜੀ ਸਾਰਿਆਂ ਦਾ, ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਵੀ, ਬੋਬ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ।